ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਦੁਆਰਾ ਇੱਕ ਸਾਲ ਦੇ ਅੰਦਰ 12 ਮਹੀਨੇ ਅਤੇ ਹਰ ਮਹੀਨੇ ਦੀ ਸੰਗਰਾਂਦ ਦੇ ਉੱਪਰ ਗੁਰੂ ਗਰੀਬ ਨਿਵਾਸ ਜੀ ਦੁਆਰਾ ਗੁਰਬਾਣੀ ਦੇ ਰਾਹੀਂ ਗੁਰਸਿੱਖ ਨੂੰ ਉਪਦੇਸ਼, ਜੋ ਗੁਰਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਜਾ ਕਰਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੀਆਂ ਨੇ ਅਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸੋ ਅੱਜ ਦਾ ਦਿਹਾੜਾ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਅਤੇ ਹਮੇਸ਼ਾ ਦੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਇੱਕ ਗੁਰਸਿੱਖ ਵਾਸਤੇ ਇਸ ਮਹੀਨੇ ਦੇ ਅੰਦਰ ਕਿਹੜੇ ਕਾਰਜ ਕਰਨੇ ਚਾਹੀਦੇ ਨੇ, ਗੁਰੂ ਕੀ ਗੁਰਬਾਣੀ ਆਪਣੇ ਸਿੱਖ ਨੂੰ ਕੀ ਉਪਦੇਸ਼ ਕਰਦੀ ਹੈ, ਮਹਾਰਾਜ ਜੀ ਦੇ ਪਾਸੋਂ ਹੀ ਆਪਾਂ ਸਰਵਣ ਕਰਨ ਦਾ ਯਤਨ ਕਰਿਆ ਕਰਦੇ ਹਾਂ। ਅਤੇ ਨਾਲ ਦੀ ਨਾਲ ਅੱਜ ਦਾ ਇਹ ਪਵਿੱਤਰ ਦਿਹਾੜਾ ਉਹਨਾਂ 40 ਗੁਰਸਿੱਖ ਮੁਕਤੇ ਸਾਹਿਬਾਨ ਜੀ ਦਾ ਵੀ ਦਿਹਾੜਾ ਹੈ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਦੇ ਅੰਦਰ ਆਪਣੀ ਕੀਤੀ ਭੁੱਲ ਨੂੰ ਬਖਸ਼ਾਇਆ ਅਤੇ ਸੱਚਖੰਡ ਵਿਖੇ ਪ੍ਰਵਾਨ ਹੋਏ। ਸੋ ਮੈਂ ਯਤਨ ਕਰਾਂਗਾ ਕਿ ਬਿਲਕੁਲ ਸੀਮਤ ਸਮੇਂ ਦੇ ਅੰਦਰ ਹੀ ਗੁਰੂ ਸਾਹਿਬ ਜੀ ਦੇ ਹੁਕਮ ਦੁਆਰਾ ਜਿੰਨੀ ਕੁ ਸਤਿਗੁਰੂ ਸਮਤ ਬਖਸ਼ਿਸ਼ ਕਰਦੇ ਨੇ ਆਪ ਸੰਗਤ ਨਾਲ ਸਾਂਝ ਕਰ ਸਕਾਂ। ਸੋ ਆਓ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੀਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦੇ ਅੰਦਰ ਗੁਰਸਿੱਖ ਨੂੰ ਕੀ ਉਪਦੇਸ਼ ਕਰਦੇ ਨੇ, ਉਹ ਸਤਿਗੁਰੂ ਜੀ ਦੇ ਪਾਸੋਂ ਹੀ ਆਪਾਂ ਅੱਜ ਮਾਘ ਮਹੀਨੇ ਦੀ ਸੰਗਰਾਂਦ ਦੇ ਉੱਪਰ ਗੁਰਬਾਣੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਾਨੂੰ ਕੀ ਹੁਕਮ ਕਰਦੀ ਹੈ। ਭਾਵੇਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਤੁਖਾਰੀ ਰਾਗ ਦੇ ਅੰਦਰ 12 ਮਹਾ ਉਚਾਰਨ ਕਰਕੇ ਸਾਡੀ ਝੋਲੀ ਪਾਇਆ ਸੀ ਅਤੇ ਸੰਗਤਾਂ ਦੀ ਬੇਨਤੀ ਦੇ ਉੱਪਰ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਕਿ ਭਾਈ ਬਾਣੀ ਨੂੰ ਸੁਖੈਨ ਰੂਪ ਦੇ ਵਿੱਚ ਜਿਹੜਾ ਹਰ ਇੱਕ ਗੁਰਸਿੱਖ ਸਮਝ ਸਕੇ ਅਤੇ ਪੜ੍ਹ ਸਕੇ। ਦੁਬਾਰਾ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਇਹ 12 ਮਹਾ ਉਚਾਰਨ ਕੀਤਾ ਸੀ। ਆਓ ਸੋ ਮਾਝ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਮਹਾਰਾਜ ਕੀ ਕਿਰਪਾ ਕਰਦੇ ਹਨ, ਪ੍ਰੇਮ ਸਹਿਤ ਸਰਵਣ ਕਰਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ। ਮਾਘ ਮਜਨ ਸੰਗ ਸਾਧੂਆਂ ਧੂੜੀ ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆ ਉਤ ਕਰੈ ਜਹਾਨ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ।
ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਮਾਘ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਦੀ ਮਹੱਤਤਾ ਗੁਰਸਿੱਖ ਪਿਆਰਿਓ ਜਿੱਥੇ ਸਿੱਖ ਪੰਥ ਦੇ ਅੰਦਰ ਸੰਗਰਾਂਦ ਦੇ ਰੂਪ ਦੇ ਵਿੱਚ ਆਪਾਂ ਮਨਾ ਰਹੇ ਸੋ ਖਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੰਸਾਰ 'ਤੇ ਵਿਚਰਨ ਤੋਂ ਪਹਿਲਾਂ ਸਨਾਤਨ ਮਤ ਦੇ ਅੰਦਰ ਵੀ ਇਹ ਰੀਤ ਚੱਲਿਆ ਕਰਦੀ ਸੀ ਕਿ ਸੰਕ੍ਰਾਂਤ ਦੇ ਰੂਪ ਦੇ ਵਿੱਚ ਜਦੋਂ ਸੂਰਜ ਇੱਕ ਰਾਜ ਤੋਂ ਦੂਸਰੀ ਰਾਜ ਦੇ ਵਿੱਚ ਜਾਂਦਾ ਹੈ ਅਤੇ ਹਰ ਮਹੀਨੇ ਉਪਦੇਸ਼ ਸੁਣਾਇਆ ਜਾਂਦਾ ਸੀ। ਗੁਰਸਿੱਖ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਆਉਣ ਤੋਂ ਪਹਿਲਾਂ ਪਾਂਧੇ ਪਾਸੋਂ ਜਾ ਕਰਕੇ ਮਹੀਨੇ ਦੀ ਵਿਚਾਰ ਮਹੀਨੇ ਦਾ ਸ਼ਬਦ ਸੁਣਿਆ ਕਰਦੇ ਸੀ। ਖਾਸ ਰੂਪ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਮਾਘ ਮਹੀਨੇ ਦੇ ਅੰਦਰ ਸਰਦੀ ਦੀ ਰੁੱਤ ਦੇ ਅੰਦਰ ਦਾਨ ਪੁੰਨ ਕਰਨਾ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨਾ ਸਨਾਤਨ ਮਤ ਦੀ ਇੱਕ ਰੀਤ ਮੰਨੀ ਜਾਂਦੀ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਮਝਾ ਰਹੇ ਨੇ ਕਿਉਂਕਿ ਅੱਗੇ ਚੱਲ ਕਰਕੇ ਬਚਨ ਆਉਣਗੇ ਕਿ ਤੀਰਥਾਂ 'ਤੇ ਇਸ਼ਨਾਨ 'ਤੇ ਫਿਰ ਆਪਾਂ ਵੀ ਕਰਦੇ ਹਾਂ ਪਰ ਸਾਡੇ ਇਸ਼ਨਾਨ ਕਰਨ ਦਾ ਅਤੇ ਉਹਨਾਂ ਦੇ ਇਸ਼ਨਾਨ ਕਰਨ ਦਾ ਅੰਤਰ ਕੀ ਹੈ? ਦੁਨੀਆਂ ਦੇ ਤੀਰਥਾਂ ਦਾ ਅਤੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਸਰੋਵਰਾਂ ਦੇ ਵਿੱਚ ਅੰਤਰ ਕੀ ਹੈ? ਇਹ ਆਪਾਂ ਅੱਗੇ ਚੱਲ ਕੇ ਸਮਝਣ ਦਾ ਯਤਨ ਕਰਨਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਮਝਾ ਰਹੇ ਨੇ ਕਿ ਭਾਈ ਦੁਨੀਆਂ ਦੇ ਸੰਸਾਰ ਦੇ ਲੋਕ ਬਾਹਰੀ ਕਾਰ ਪਰ ਮੈਂ ਗਰੀਬ ਵੀ ਉਪਦੇਸ਼ ਕਰਦਾ ਕਿ ਇਸ ਮਾਘ ਮਹੀਨੇ ਦੇ ਵਾਹਿਗੁਰੂ ਮਾਘ ਦੇ ਮਹੀਨੇ ਦੇ ਅੰਦਰ ਤੇਰੇ ਵਾਸਤੇ ਕੀ ਚੰਗਾ ਹੈ ਅਤੇ ਤੈਨੂੰ ਅਤੇ ਤੇਰੇ ਗੁਰੂ ਨੂੰ ਆਪਸੀ ਸੁਮੇਲ ਦੇ ਵਿੱਚ ਮਿਲਣ ਵਾਸਤੇ ਤੈਨੂੰ ਕੀ ਕਾਰਜ ਕਰਨਾ ਚਾਹੀਦਾ ਹੈ ਤਾਂ ਜੋ ਤੂੰ ਗੁਰੂ ਦਾ ਪਿਆਰਾ ਬਣ ਸਕੇ। ਫਿਰ ਮਹਾਰਾਜ ਜੀ ਨੇ ਕੀਤਾ ਹੈ ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਕਿ ਭਾਈ ਲੋਕ ਤਾਂ ਬਾਹਰੀ ਇਸ਼ਨਾਨ ਕਰਦੇ ਨੇ ਕੇਵਲ ਸਰੀਰ ਦੀ ਮੈਲ ਉਤਾਰਨ ਵਾਸਤੇ ਤੀਰਥਾਂ 'ਤੇ ਜਾਂਦੇ ਨੇ ਪਰ ਆਪਣੇ ਮਨ ਨੂੰ ਕਦੇ ਵੀ ਉਹਨਾਂ ਨੇ ਇਸ਼ਨਾਨ ਨਹੀਂ ਕਰਾਇਆ ਆਪਣੇ ਮਨ ਨੂੰ ਕਦੇ ਵੀ ਸੋਧਿਆ ਨਹੀਂ। ਮਾਘ ਮੱਜਨ ਸੰਗ ਸਾਧੂਆਂ ਮੱਜਨ ਕਿਹਾ ਜਾਂਦਾ ਹੈ ਮਾਂਜ ਮਾਂਜ ਕੇ ਸਾਫ਼ ਕਰਨਾ ਜਿਵੇਂ ਸਵਾਹ ਦੇ ਨਾਲ ਭਾਂਡੇ ਨੂੰ ਮਾਂਜਿਆ ਜਾਂਦਾ ਹੈ ਕਿ ਮੱਜਨ ਕਰਨਾ ਰਟਨ ਕਰਨਾ ਭਜਨ ਕਰਨਾ ਉਹਨਾਂ ਸਾਧੂਆਂ ਦੇ ਨਾਲ ਮਿਲ ਕਰਕੇ ਜੁੜ ਕਰਕੇ ਇਸ ਮਾਘ ਦੇ ਮਹੀਨੇ ਦੀ ਪ੍ਰਾਰੰਭਤਾ ਕਰ ਧੂੜੀ ਕਰ ਇਸ਼ਨਾਨ। ਅਤੇ ਹੁਣ ਸਾਧੂ ਦਾ ਅਰਥ ਇੱਥੇ ਸੰਗਤ ਜੀ ਕੀ ਲਵਾਂਗੇ ਕਿ ਜਿਹਨੇ ਗੇਰੂਏ ਰੰਗ ਦੇ ਕੱਪੜੇ ਪਾਏ ਹੋਣ ਗਲ 'ਚ ਮਾਲਾ ਲਟਕਾਈ ਹੋਵੇ ਮੱਥੇ 'ਤੇ ਤਿਲਕ ਲਾਇਆ ਹੋਵੇ ਬੋਧੀ ਧੋਤੀ ਦਾ ਧਾਰਨੀ ਹੋਵੇ ਕੀ ਉਹ ਸਾਧੂ ਹੈ ਜਾਂ ਜਿਹਨੇ ਜਟਾ ਰੱਖੀਆਂ ਹੋਈਆਂ ਨੇ ਉਹ ਸਾਧੂ ਹੈ? ਨਹੀਂ ਭਾਈ, ਗੁਰਬਾਣੀ ਕਹਿੰਦੀ ਭਾਈ ਸਾਧੂ ਉਹ ਹੋ ਸਕਦਾ ਹੈ ਜਿਹਨੇ ਆਪਣੇ ਆਪ ਨੂੰ ਸਾਧ ਲਿਆ ਅਤੇ ਆਪਣੇ ਆਪ ਨੂੰ ਸੋਧ ਲਿਆ ਭਾਵ ਜਿਹਨੇ ਆਪਣੇ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਕਰਮਾਂ ਨੂੰ ਨਿਰਮਲ ਕਰਕੇ ਆਪਣੇ ਜੀਵਨ ਨੂੰ ਸਾਧ ਕੇ ਸਿੱਧੇ ਰਸਤੇ ਦੇ ਉੱਪਰ ਪਾ ਲਿਆ ਅਤੇ ਸੋਧਣਾ ਹੁੰਦਾ ਹੈ ਕਮੀਆਂ ਦੂਰ ਕਰ ਦੇਣੀਆਂ ਜਿਵੇਂ ਇੱਕ ਘਰ ਦੇ ਅੰਦਰ ਚੰਗੀ ਸੁਆਣੀ ਦਾਲ ਬਣਾਉਣ ਤੋਂ ਪਹਿਲਾਂ ਉਹਨੂੰ ਬਹਿ ਕਰਕੇ ਚੁਗਦੀ ਹੈ ਕੋਈ ਕੰਕਰ ਪੱਥਰ ਉਹਦੇ ਵਿੱਚ ਨਾ ਰਹਿ ਜਾਵੇ ਅਤੇ ਵਿੱਚੋਂ ਕੰਕਰ ਪੱਥਰ ਚੁੱਕ ਕੇ ਬਾਹਰ ਸੁੱਟ ਦਿੰਦੀ ਹੈ ਅਤੇ
ਚੰਗੀ ਚੰਗੀ ਦਾਲ ਨੂੰ ਚੁਣ ਕਰਕੇ ਫਿਰ ਆਪਣੇ ਖਾਣ ਵਾਸਤੇ ਭੋਜਨ ਤਿਆਰ ਕਰ ਲੈਂਦੀ ਹੈ। ਇਸੇ ਪ੍ਰਕਾਰ ਇਸ ਮਨੁੱਖਾ ਜਾਮੇ ਦੇ ਅੰਦਰ ਰਹਿੰਦਿਆਂ ਹੋਇਆਂ ਆਪਣੇ ਮਾੜੇ ਫੁਰਨਿਆਂ ਨੂੰ ਦਬਾ ਕਰਕੇ, ਆਪਣੀ ਮਾੜੀ ਮਤ ਨੂੰ ਦੂਰ ਕਰਕੇ ਚੰਗੇ ਗੁਣਾਂ ਦਾ ਧਾਰਨੀ ਬਣ ਜਾਣਾ ਉਹਨੂੰ ਸਾਧੂ ਕਿਹਾ ਜਾਂਦਾ ਹੈ। ਇੱਥੇ ਬਾਹਰੀ ਭੇਸ ਦਾ ਕੋਈ ਲੈਣ ਦੇਣ ਨਹੀਂ। ਪਰ ਦੁਨੀਆ ਦੇ ਅੰਦਰ ਵਿਚਰਦਿਆਂ ਹੋਇਆਂ ਕਈ ਵਾਰ ਹੈਰਾਨੀ ਵੀ ਹੁੰਦੀ ਹੈ ਕਿ ਅੱਜ ਮਨੁੱਖ 21ਵੀਂ ਸਦੀ 'ਚ ਵਿਚਰ ਰਿਹਾ ਹੈ। ਸਭ ਤੋਂ ਸਿਆਣਾ, ਸਭ ਤੋਂ ਵਿਦਵਾਨ ਅਤੇ ਦੁਨੀਆ ਦੀ ਵਿੱਦਿਆ ਦਾ ਮਹਾਰਥੀ ਕਹਾਉਂਦਾ ਹੈ, ਅਤੇ ਅੱਜ ਸਭ ਤੋਂ ਵੱਧ ਭੁਲੇਖੇ ਅਤੇ ਅੱਜ ਸਭ ਤੋਂ ਵੱਧ ਜਿਹੜਾ ਹੈ ਗਲਤ ਫਹਿਮੀਆਂ ਦਾ ਸ਼ਿਕਾਰ 21ਵੀਂ ਸਦੀ ਦਾ ਇਨਸਾਨ ਹੋ ਰਿਹਾ। ਜਿਹੜੇ ਅਨਪੜ੍ਹ ਲੋਕ ਸਨ, ਜਿਨ੍ਹਾਂ ਦੇ ਕੋਲ ਦੁਨੀਆ ਦੀ ਵਿੱਦਿਆ ਨਹੀਂ ਸੀ, ਉਹਨਾਂ ਨੂੰ ਇਹ ਗੱਲ ਸਹਿਜੇ ਸਮਝ ਆ ਜਾਂਦੀ ਸੀ। ਪਰ ਅੱਜ ਪੜ੍ਹਿਆਂ ਲਿਖਿਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਗੁਰਬਾਣੀ ਅੰਤਰੀਵ ਰੂਪ ਦੇ ਵਿੱਚ ਅਤੇ ਬਾਹਰੀ ਰੂਪ ਦੇ ਵਿੱਚ ਦੋਵੇਂ ਅਰਥ ਸਾਨੂੰ ਸਮਝਾਉਂਦੀ ਹੈ, ਅਤੇ ਅੱਜ ਅਸੀਂ ਉਸੇ ਹੀ ਗੁਰਬਾਣੀ ਨੂੰ ਸਮਝਣ ਤੋਂ ਆਕੀ ਹੁੰਦੇ ਜਾ ਰਹੇ ਹਾਂ। ਫਿਰ ਸਤਿਗੁਰੂ ਕਿਰਪਾ ਕਰਦੇ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਅਤੇ ਹੁਣ ਧੂੜੀ ਕਿਹਦੀ ਲਵਾਂਗੇ ਭਾਈ? ਉਹਨਾਂ ਦੇ ਚਰਨਾਂ ਥੱਲੇ ਪਈ ਹੋਈ ਮਿੱਟੀ ਉਹਨੂੰ ਚੁੱਕ ਕੇ ਆਪਣੇ ਸਰੀਰ 'ਤੇ ਲਾ ਲਈਏ? ਇੱਥੇ ਸਤਿਗੁਰੂ ਸਮਝਾ ਰਹੇ ਨੇ ਕਿ ਭਾਈ, ਉਹ ਗੁਰੂ ਕੇ ਪਿਆਰੇ ਜਦੋਂ ਨਾਮ ਦਾ ਰਸ ਆਉਂਦਾ ਹੈ, ਨਾਮ ਦੀ ਕਮਾਈ ਕਰਦੇ ਨੇ, ਉਸ ਵਕਤ ਜਿਹੜੀ ਨਾਮ ਦੀ ਧੂੜ ਉਹ ਸਾਧ ਸੰਗਤ ਦੇ ਵਿੱਚ ਬੈਠਿਆਂ ਉੱਡ ਰਹੀ ਹੈ, ਜਿਹੜੀਆਂ ਤਰੰਗਾਂ ਨਾਮ ਦੀਆਂ ਉਸ ਮਾਹੌਲ ਦੇ ਵਿੱਚ, ਉਸ ਸਥਾਨ ਦੇ ਉੱਪਰ ਜਾਂ ਉਸ ਮਜਮੇ ਦੇ ਅੰਦਰ ਜਿੱਥੇ ਸੰਗਤ ਜੁੜੀ ਬੈਠੀ ਹੋਈ ਹੈ, ਉਸ ਧੂੜੀ ਦੇ ਅੰਦਰ ਤੂੰ ਵੀ ਰਚ ਮਿਚ ਜਾ। ਜਦੋਂ ਬਾਰਿਸ਼ ਪੈਂਦੀ ਹੈ, ਕਣੀਆਂ ਪੈਂਦੀਆਂ ਨੇ, ਤੇ ਉਹ ਦੇਖਦੀਆਂ ਨਹੀਂ ਕਿ ਕਿਹੜੀ ਉੱਚੀ ਜਗ੍ਹਾ ਮੀਂਹ ਪੈਂਦਾ ਹੈ, ਕਿਸਾਰ ਪੈਂਦਾ ਹੈ, ਤੇ ਉਹ ਕਣੀਆਂ ਸਭ ਦੇ ਉੱਪਰ ਬਰਾਬਰ ਡਿੱਗਦੀਆਂ ਨੇ। ਇਸੇ ਪ੍ਰਕਾਰ ਉਹ ਨਾਮ ਦੀ ਧੂੜੀ ਜਦੋਂ ਉੱਡਦੀ ਹੈ, ਉਹ ਨਾਮ ਦਾ ਰਸ ਜਦੋਂ ਉੱਡਦਾ ਹੈ, ਤੇ ਉਸ ਨਾਮ ਦੇ ਰਸ ਦੇ ਵਿੱਚ ਰੰਗਿਆ ਜਾ। ਤੇ ਸੰਤਾਂ ਦੀ ਧੂੜੀ, ਸੰਗਤਾਂ ਦੀ ਧੂੜੀ, ਪੁਰਾਣੇ ਸਮੇਂ ਦੇ ਅੰਦਰ ਸੰਗਤ ਜੀ ਗੁਰਸਿੱਖ ਪਿਆਰੇ ਕੱਚੀਆਂ ਜਗ੍ਹਾਵਾਂ ਦੇ ਉੱਪਰ ਬਹਿ ਕਰਕੇ ਪਰਮਾਤਮਾ ਦਾ ਨਾਮ ਜਪਿਆ ਕਰਦੇ ਸੀ। ਅੱਜ ਵਾਂਗੂ ਸਾਡੇ ਕੋਲ ਬਹੁਤੇ ਸਾਧਨ ਨਹੀਂ ਸੀ, ਤੇ ਸੰਗਤ ਦੇ ਆਉਣ ਤੋਂ ਪਹਿਲਾਂ ਸਥਾਨ ਦੀ ਸਾਫ਼ ਸਫਾਈ ਕਰਨੀ, ਅਤੇ ਸੰਗਤ ਦੇ ਬੈਠਣ ਵਾਸਤੇ ਤੱਪੜ ਵਿਛਾਉਣੇ, ਅਤੇ ਜਦੋਂ ਸੰਗਤ ਨੇ ਉੱਠ ਕੇ ਚਲੇ ਜਾਣਾ, ਉਹਨਾਂ ਤੱਪੜਾਂ ਨੂੰ ਝਾੜਨਾ। ਅਤੇ ਝਾੜਦਿਆਂ ਜਦੋਂ ਉਹਨਾਂ ਵਿੱਚੋਂ ਧੂੜ ਮਿੱਟੀ ਉੱਡਿਆ ਕਰਦੀ ਸੀ, ਅਤੇ ਗੁਰਸਿੱਖ ਪਿਆਰੇ ਉਹਨੂੰ ਵੀ ਪਵਿੱਤਰ ਮੰਨਦੇ ਸੀ ਕਿ ਇੱਥੇ ਰੱਬ ਦਾ ਨਾਮ ਲੈਣ ਵਾਲੇ ਆ ਕੇ ਬੈਠੇ ਸੀ। ਇੱਥੇ ਉਹ ਲੋਕ ਚੱਲ ਕੇ ਆਏ ਸੀ ਜਿਨ੍ਹਾਂ ਨੇ ਸੱਤ ਦਾ ਸੰਗ ਕੀਤਾ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਸ਼ਬਦ ਗਾਏ ਨੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਦਾ ਨਾਮ ਜਪਿਆ ਹੈ। ਇਸ ਕਰਕੇ ਉਹਨਾਂ ਦੇ ਪੈਰਾਂ ਦੇ ਨਾਲ ਲੱਗ ਕੇ ਆਈ ਹੋਈ ਮਿੱਟੀ ਵੀ ਪਵਿੱਤਰ ਹੋ ਗਈ, ਉਹਨਾਂ ਦੀ ਚਰਨ ਧੂੜ ਵੀ ਪਵਿੱਤਰ ਹੋ ਗਈ, ਅਤੇ ਜੇ ਸੇਵਾ ਕਰਦਿਆਂ ਤੱਪੜ ਝਾੜਦਿਆਂ ਇਹ ਸਾਡੇ ਸਿਰ 'ਚ ਵੀ ਪੈ ਗਈ ਹੈ ਜਾਂ ਮੈਨੂੰ ਲੱਗ ਵੀ ਗਈ ਹੈ, ਅਤੇ ਮੈਂ ਤਾਂ ਵੀ ਪਵਿੱਤਰ ਹੋ ਗਿਆ। ਕਿਉਂ? ਕਿਉਂਕਿ ਇਹ ਉਹਨਾਂ ਲੋਕਾਂ ਦੇ ਚਰਨਾਂ ਨਾਲ ਲੱਗ ਕੇ ਆਈ ਸੀ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੇ ਗੁਣ ਗਾਏ ਨੇ। ਸੋ ਮੇਰਾ ਖਿਆਲ ਹੈ ਕਿ ਇੱਥੇ ਕੋਈ ਜ਼ਿਆਦਾ ਸਾਨੂੰ ਕਸ਼ਟ ਨਹੀਂ ਹੋਣਾ ਚਾਹੀਦਾ ਇਸ ਗੱਲ ਨੂੰ ਸਮਝਣ ਵਾਸਤੇ, ਜਾਂ ਹਰ ਗੱਲ ਨੂੰ ਮਨਮਤ ਨਹੀਂ ਬਣਾ ਦੇਣਾ ਚਾਹੀਦਾ ਕਿ ਜੀ ਚਰਨਾਂ ਦੀ ਧੂੜੀ ਦੀ ਗੱਲ ਆਈ ਹੈ। ਅਤੇ ਸਤਿਗੁਰੂ ਦੱਸਦੇ ਨੇ ਕਿ ਭਾਈ, ਐਸੇ ਗੁਰੂ ਕੇ ਪਿਆਰੇ ਜਿਹੜੇ ਪ੍ਰਭੂ ਦਾ ਨਾਮ ਜਪਦੇ ਨੇ, ਮੈਂ ਤਾਂ ਉਹਨਾਂ ਤੋਂ ਬਾਹਰ ਨਹੀਂ ਜਾਂਦਾ, ਉਹਨਾਂ ਤੋਂ ਕੁਰਬਾਨ ਜਾਂਦਾ, ਅਤੇ ਉਹਨਾਂ ਦੇ ਚਰਨਾਂ 'ਚੋਂ ਉੱਡੀ ਹੋਈ ਧੂੜ ਵੀ ਜੇ ਕਿਤੇ ਉਹ ਤੁਰੇ ਜਾਂਦੇ ਨੇ, ਅਤੇ ਜੇ ਮੈਨੂੰ ਲੱਗ ਜਾਂਦੀ ਤਾਂ ਮੈਂ ਕਰਮਾਂ ਵਾਲਾ ਹਾਂ। ਕਿਉਂ? ਕਿਉਂਕਿ ਉਹ ਨਾਮ ਦੇ ਰਸੀਏ ਨੇ, ਉਹ ਇੱਕ ਓਅੰਕਾਰ ਦੀ ਗੱਲ ਕਰਦੇ ਨੇ, ਉਹ ਨਿਰੰਕਾਰ ਦੀ ਗੱਲ ਕਰਦੇ। ਫਿਰ ਸਤਿਗੁਰੂ ਸਮਝਾ ਰਹੇ ਨੇ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਐਸੇ ਗੁਰਮੁਖ ਪਿਆਰਿਆਂ ਦੀ ਨਾਮ ਦੀ ਧੂੜੀ ਦੇ ਅੰਦਰ ਤੂੰ ਵੀ ਰਚ ਮਿਚ ਜਾ, ਆਪਣਾ ਇਸ਼ਨਾਨ ਕਰ ਲੈ। ਹਰ ਕਾ ਨਾਮ ਧਿਆਏ ਸੁਣਾ, ਸਭਨਾ ਨੂੰ ਕਰ ਦਾਨ। ਪ੍ਰਭੂ ਦਾ ਨਾਮ ਸੁਣਨਾ ਹੈ, ਜਿਵੇਂ ਜਪਜੀ ਸਾਹਿਬ ਦੇ ਅੰਦਰ ਵੀ ਸਤਿਗੁਰੂ ਕਿਰਪਾ ਕਰਦੇ ਨੇ, ਭਾਈ ਸੁਣੀਐ ਅਤੇ ਫਿਰ ਮੰਨੀਐ। ਹਰ ਕਾ ਨਾਮ ਧਿਆਏ ਸੁਣ, ਅਤੇ ਫਿਰ ਸਤਿਗੁਰੂ ਜੀ ਕੀ ਕਰੀਏ, ਆਪਣੇ ਕੋਲ ਬੰਨ੍ਹ ਕੇ ਰੱਖ ਲਈਏ ਕਿ ਮੈਨੂੰ ਤਾਂ ਗਿਆਨ ਮਿਲ ਗਿਆ, ਮੈਂ ਤਾਂ ਪ੍ਰਭੂ ਦਾ ਨਾਮ ਜਪ ਲਿਆ,
ਮੈਂ ਤੇ ਪਰਮਾਤਮਾ ਦੀ ਬੰਦਗੀ ਕਰ ਲਈ, ਸਤਿਗੁਰੂ ਦੀ ਗੁਰਬਾਣੀ ਪੜ੍ਹ ਲਈ। ਤੇ ਸਤਿਗੁਰੂ ਕਹਿੰਦੇ ਫਿਰ ਇਹਨੂੰ ਬੰਨ ਕੇ ਨਾ ਰੱਖ, ਸਭਨਾ ਨੋ ਕਰ ਦਾਨ। ਤੇ ਜੇ ਤੈਨੂੰ ਕੁਝ ਮਿਲ ਗਿਆ ਹੈ ਭਾਈ, ਇਹਨੂੰ ਆਪਣੇ ਕੋਲ ਇਕੱਠਾ ਕਰਕੇ ਨਹੀਂ ਰੱਖਣਾ, ਇਹਦਾ ਛਿੱਟਾ ਚਾਰ ਸੁਫੇਰੇ ਦੇ ਦੇ, ਤਾਂ ਜੋ ਤੇਰੇ ਕਰਕੇ ਕੋਈ ਹੋਰ ਵੀ ਪਰਮਾਤਮਾ ਦੇ ਰਾਹ ਤੇ ਚੱਲ ਸਕੇ। ਇਕੱਠਾ ਕਰਾਂਗੇ ਤੇ ਜਦੋਂ ਆਪਣੀ ਜੇਬ ਚੋਂ ਵਰਤਾਵਾਂਗੇ ਉਹ ਘੱਟ ਜਾਂਦਾ ਏ, ਪਰ ਸਤਿਗੁਰੂ ਕਿਰਪਾ ਕਰਦੇ ਨੇ, ਨਾਮ ਦਾ ਧਨ ਐਸਾ ਹੈ ਜੇ ਤੂੰ ਕਮਾਈ ਕੀਤੀ ਹੈ ਤੇ ਜੇ ਤੂੰ ਵਰਤਾਏਗਾ ਤੇ ਉਹ ਘਟੇਗਾ ਨਹੀਂ, ਉਹ ਵੱਧ ਜਾਂਦਾ ਹੈ। ਜੇ ਕੋਈ ਹੋਰ ਵੀ ਜਪੇਗਾ, ਜੇ ਕੋਈ ਹੋਰ ਵੀ ਜੁੜ ਜਾਏਗਾ ਤੇ ਸਤਿਗੁਰੂ ਕਿਰਪਾ ਕਰਦੇ ਉਹ ਤੇ ਤਰੇਗਾ, ਪਰ ਉਹਦੇ ਰਾਹੀਂ ਤੈਨੂੰ ਹੋਰ ਵੀ ਖੁਸ਼ੀਆਂ ਮਿਲਣਗੀਆਂ ਕਿ ਤੂੰ ਕਿਸੇ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੱਤਾ। ਤੇ ਓਨਾ ਹੀ ਫਿਰ ਸੰਗਤ ਜੀ ਦੰਡ ਵੀ ਮਿਲਦਾ ਹੈ ਜੇਕਰ ਤੂੰ ਆਪਣੀਆਂ ਗੱਲਾਂ ਦੇ ਨਾਲ, ਆਪਣੇ ਬਚਨਾਂ ਦੇ ਨਾਲ ਪਰਮਾਤਮਾ ਦੇ ਨਾਲ ਉਸ ਨੂੰ ਤੋੜ ਦਿੱਤਾ ਹੈ। ਸੋ ਸਤਿਗੁਰੂ ਕਿਰਪਾ ਕਰਦੇ ਭਾਈ ਨਹੀਂ, ਇੱਥੇ ਜੋੜਨਾ ਹੈ, ਜੇ ਤੂੰ ਜੁੜਿਆ ਹੈ ਤੇ ਕਿਸੇ ਹੋਰ ਨੂੰ ਵੀ ਜੋੜ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਜਿਹੜੇ ਇਹ ਸੋਚਦੇ ਨੇ ਕਿ ਜਾ ਕਰਕੇ ਕਰ ਲਿਆ ਤੇ ਜੇਬ ਚੋਂ ਚਾਰ ਟਕੇ ਕੱਢ ਕੇ ਕਿਸੇ ਨੂੰ ਦਾਨ ਕਰ ਦਿੱਤੀ ਤੇ ਮੇਰੇ ਤੋਂ ਵੱਡਾ ਦਾਨੀ ਕੋਈ ਨਹੀਂ, ਇਹ ਬਾਹਰੀ ਦਾਨ ਹੈ, ਇਹ ਦੁਨਿਆਵੀ ਦਾਨ ਹੈ। ਪਰ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਅੰਦਰੋਂ ਰੰਗਿਆ ਗਿਆ, ਪ੍ਰਭੂ ਦੇ ਨਾਮ ਦਾ ਰਸ ਅੰਦਰ ਆ ਗਿਆ ਤੇ ਉਸੇ ਰਸ ਨੂੰ ਆਪ ਜਪੈ, ਅਬਰੋ ਨਾਮ ਜਪਾਵੇ ਵਾਲੀ ਬਿਰਤੀ ਬਣਾ ਲੈਂਦਾ ਹੈ, ਉਹਨੂੰ ਬਹੁਤ ਵੱਡਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਲ ਦਿੰਦੇ ਹਨ ਕਿ ਇਸੇ ਪ੍ਰਕਾਰ ਸੁਣਨਾ ਵੀ ਹੈ, ਧਿਆਉਣਾ ਵੀ ਹੈ ਤੇ ਉਸ ਪਰਮਾਤਮਾ ਦੇ ਨਾਮ ਦੇ ਛਿੱਟੇ ਚਾਰ ਛੁਪੇਰੇ ਦੇ ਦੇ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਤੇ ਤੇਰੇ ਕਰਮਾਂ ਦੀ ਲੱਗੀ ਹੋਈ ਮੈਲ ਉਤਰ ਜਾਵੇਗੀ ਜਦੋਂ ਪ੍ਰਭੂ ਦੇ ਨਾਮ ਰੱਤਿਆਂ ਦੀ ਧੂੜੀ ਵਿੱਚ ਇਸ਼ਨਾਨ ਕਰਕੇ ਪ੍ਰਭੂ ਦੇ ਨਾਮ ਦੇ ਵਿੱਚ ਰੰਗਿਆ ਜਾਵੇਗਾ। ਹੁਣ ਸਤਿਗੁਰੂ ਜੀ ਮੈਲ ਕਿਵੇਂ ਲੱਗੀ ਹੋਈ ਹੈ ਤੇ ਮਹਾਰਾਜ ਕਿਰਪਾ ਕਰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸੁਆਹੋ। ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਭਟਕਦਾ ਹੋਇਆ ਮਨੁੱਖੀ ਜਾਮੇ 'ਚ ਆਇਆ ਤੇ ਉਹਨਾਂ ਜਾਮਿਆਂ 'ਚ ਕੀਤੇ ਹੋਏ ਕਰਮ ਜਿਹੜੇ ਨੇ ਉਹ ਇਹਦਾ ਪਿੱਛਾ ਨਹੀਂ ਛੱਡ ਰਹੇ, ਉਹਨਾਂ ਜੂਨਾਂ ਦੇ ਵਿੱਚ ਕੀਤੇ ਹੋਏ ਕਰਮ ਇਹਦਾ ਪਿੱਛਾ ਨਹੀਂ ਛੱਡ ਰਹੇ। ਇਸੇ ਕਰਕੇ ਜਾਮਾ ਭਾਵੇਂ ਇਨਸਾਨ ਦਾ ਬਣ ਗਿਆ ਪਰ ਬਿਰਤੀ ਹਜੇ ਪਸ਼ੂ ਦੀ ਹੈ। ਤੇ ਹੁਣ ਸੋਚਾਂਗੇ ਸੰਗਤ ਜੀ ਇਹ ਮੁਮਕਿਨ ਕਿਵੇਂ ਹੈ। ਸਤਿਗੁਰੂ ਸਮਝਾ ਰਹੇ ਨੇ ਕਿ ਭਾਈ ਮੈਂ ਜਾਨਵਰ ਬਣਾਏ ਨੇ, ਕਿਸੇ ਨੂੰ ਮਾਸਾਹਾਰੀ ਬਣਾਇਆ ਹੈ, ਕਿਸੇ ਨੂੰ ਸ਼ਾਕਾਹਾਰੀ ਬਣਾਇਆ ਹੈ। ਮਾਸ ਖਾਣ ਵਾਲਾ ਘਾਹ ਨਹੀਂ ਖਾਵੇਗਾ ਤੇ ਘਾਹ ਖਾਣ ਵਾਲਾ ਕਦੇ ਮਾਸ ਨਹੀਂ ਛਕਦਾ। ਆਪਣੇ ਜੀਵਨ ਦੇ ਅੰਦਰ ਜਦੋਂ ਉਹਨਾਂ ਦਾ ਸਮਾਂ ਆਉਂਦਾ ਹੈ ਤੇ ਉਹ ਆਪਣੇ ਪ੍ਰਜਨਨ ਦੀ ਕਿਰਿਆ ਕਰਦੇ ਨੇ, ਅੱਗੇ ਤੋਂ ਅੱਗੇ ਸੰਸਾਰ ਦੇ ਅੰਦਰ ਆਪਣੇ ਫੈਲਾਅ ਵਾਸਤੇ ਉਹ ਕਾਰਜ ਕਰਦੇ ਨੇ, ਪਰ ਉਹਦੇ ਤੋਂ ਇਲਾਵਾ ਉਹ ਕਦੇ ਵੀ ਕਿਸੇ ਦੂਸਰੇ ਜਾਨਵਰ ਦਾ ਹੱਕ ਨਹੀਂ ਖੋਹਦੇ, ਕਿਸੇ ਦੂਸਰੇ ਜਾਨਵਰ ਦਾ ਹੱਕ ਨਹੀਂ ਮਾਰਦੇ। ਪਰ ਇਨਸਾਨ ਤੂੰ ਆਪਣੇ ਆਪ ਵੱਲ ਝਾਤੀ ਮਾਰ ਕੇ ਦੇਖ ਕੇ ਤੂੰ ਤੇ ਮਾਸ ਵੀ ਖਾਈ ਜਾਂਦਾ ਹੈ, ਤੂੰ ਤੇ ਘਾਹ ਵੀ ਖਾਈ ਜਾਂਦਾ ਹੈ, ਹੱਕ ਪਰਾਇਆ ਵੀ ਖਾਈ ਜਾਂਦਾ ਹੈ। ਤੇ ਮਾਫ਼ ਕਰਿਆ ਜੇ ਸੰਗਤ ਜੀ ਮੈਂ ਬਚਨ ਕਰਨ ਲੱਗਾ ਕਿ ਆਪਣੇ ਦਾਇਰੇ ਤੋਂ ਬਾਹਰ ਹੋ ਕਰਕੇ ਛੋਟੇ ਮਾਸੂਮਾਂ ਬੱਚਿਆਂ ਤੱਕ ਨੂੰ ਤੂੰ ਬਖਸ਼ ਨਹੀਂ ਰਿਹਾ, ਆਪਣੀ ਹਵਸ ਦੇ ਸ਼ਿਕਾਰ ਉਹਨਾਂ ਨੂੰ ਵੀ ਬਣਾ ਰਿਹਾ। ਤੇ ਸਤਿਗੁਰੂ ਫਿਰ ਸਮਝਾ ਰਹੇ ਨੇ ਕਿ ਭਾਈ ਇਸ ਪ੍ਰਕਾਰ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਰੱਤਾ ਹੋਇਆ ਜਨਮ ਕਰਮ ਮਲ ਉਤਰੇ, ਤੇਰੇ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਵੀ ਉਤਰ ਜਾਵੇਗੀ ਤੇ ਤੇਰੇ ਕਰਮਾਂ ਦੇ ਕਰਕੇ ਵੀ ਜਿਹੜਾ ਤੈਨੂੰ ਕਾਲਾ ਰੰਗ ਲੱਗਾ ਹੋਇਆ ਹੈ, ਭਾਵ ਤੇਰੀ ਮਤ ਕਾਲੀ ਹੋ ਚੁੱਕੀ ਹੈ, ਸ਼ੁਭ ਗੁਣਾਂ ਨੂੰ ਤਿਆਗ ਕੇ ਮਾੜੀ ਮਤ ਵੱਲ ਤੁਰ ਪਿਆ ਹੈ, ਉਹ ਉੱਜਲ ਹੋ ਜਾਏਗੀ ਜਦੋਂ ਸਾਧੂਆਂ ਦਾ ਸੰਗ ਕਰੇਗਾ, ਜਦੋਂ ਨਾਮ ਦੀ ਕਮਾਈ ਕਰੇਗਾ। ਜਨਮ ਕਰਮ ਮਲ ਮਨ ਤੇ ਜਾਏ ਗੁਮਾਨ, ਫਿਰ ਮਨ ਚੋਂ ਗੁਮਾਨ ਚਲੇ ਜਾਏਗਾ, ਹੰਕਾਰ।
ਹਾਰ ਚਲੇ ਜਾਏਗਾ ਕਿ ਮੇਰੀ ਜੂਨੀ ਸਭ ਤੋਂ ਸ੍ਰੇਸ਼ਟ ਹੈ, ਮੈਂ ਸਭ ਤੋਂ ਉੱਤਮ ਹਾਂ, ਮੈਂ ਜੋ ਮਰਜ਼ੀ ਕਰ ਸਕਦਾ ਅਤੇ ਸਭ ਨੂੰ ਸਭ ਕੁਝ ਸਿਖਾ ਸਕਦਾ। ਨਹੀਂ ਭਾਈ, ਇਹ ਗੁਮਾਨ ਚਲਿਆ ਜਾਵੇਗਾ, ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਧਕੋ ਸੌਂਪਤੇ ਕਿਆ ਲਾਗੈ ਮੇਰਾ। ਸਤਿਗੁਰੂ ਤੇਰੇ ਹੁਕਮ 'ਚ ਸਭ ਕੁਝ ਹੋ ਰਿਹਾ ਹੈ, ਮੇਰੇ ਵੱਸ ਕੁਝ ਨਹੀਂ। ਅਤੇ ਇੱਥੇ ਯਾਦ ਰੱਖਿਓ ਸੰਗਤ ਜੀ, ਇਹ ਫੁਰਨੇ ਵੀ ਉਹਦੇ ਹੁਕਮ 'ਚ ਹੀ ਪੈਦਾ ਹੁੰਦੇ ਨੇ, ਅਤੇ ਜੇ ਉਹ ਕਿਰਪਾ ਕਰਕੇ ਸਿਰ 'ਤੇ ਹੱਥ ਰੱਖ ਦੇਵੇ ਤਾਂ ਮਾੜੇ ਫੁਰਨੇ ਵੀ ਖਤਮ ਕਰ ਸਕਦਾ ਹੈ। ਹੁਣ ਲਾਲਚ ਦੀ ਬਿਰਤੀ, ਕਾਮ ਦੀ ਬਿਰਤੀ, ਕ੍ਰੋਧ ਦੀ ਬਿਰਤੀ, ਕਿਸੇ ਦਾ ਹੱਕ ਖੋਹਣ ਦੀ ਬਿਰਤੀ ਕਿਤੇ ਬਾਹਰੋਂ ਤਾਂ ਨਹੀਂ ਨਾ ਲੈ ਕੇ ਆਉਂਦੇ। ਮਨ ਦੇ ਵਿੱਚ ਹੀ ਵਿਚਾਰ ਪੈਦਾ ਹੁੰਦੇ ਨੇ ਕਿ ਚਲੋ ਬਾਕੀ ਸੰਸਾਰ ਵੀ ਕਰਦਾ ਤੇ ਮੈਂ ਵੀ ਕਰ ਲੈਣਾ, ਕਿਹੜਾ ਕੋਈ ਦੇਖਦਾ ਹੈ। ਪਰ ਜੇਕਰ ਸਤਿਗੁਰੂ ਕਿਰਪਾ ਕਰਦੇ, ਮਨ ਦੇ ਅੰਦਰ ਇਹ ਭਾਵਨਾ ਆ ਜਾਏ ਕਿ ਭਾਈ ਸੰਸਾਰ ਜੋ ਮਰਜ਼ੀ ਕਰਦਾ ਹੋਵੇ ਪਰ ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਦੇ ਰਸਤੇ ਤੋਂ ਨਹੀਂ ਡੋਲਣਾ, ਗੁਰੂ ਦਾ ਬਚਨ ਮੰਨਣਾ ਹੈ, ਤੇ ਫਿਰ ਇਨਸਾਨ ਗਲਤ ਪਾਸੇ ਵੱਲ ਨਹੀਂ ਜਾਂਦਾ। ਸੋ ਸਤਿਗੁਰੂ ਸਮਝਾ ਰਹੇ ਨੇ, ਫਿਰ ਪ੍ਰਭੂ ਦਾ ਨਾਮ ਤੇਰੇ ਮਾੜੇ ਫੁਰਨਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਹੈ। ਮਨ ਤੇ ਹੰਕਾਰ ਚਲਿਆ ਜਾਂਦਾ ਹੈ। ਕਾਮ ਕ੍ਰੋਧ ਨਾ ਮੋਹੀ ਹੈ, ਬਿਨਸੈ ਲੋਭ ਸੁਆਨ। ਤੇ ਮਹਾਰਾਜ ਕਿਰਪਾ ਕਰਦੇ ਵੀ ਕਾਮ ਕ੍ਰੋਧ ਲੋਭ ਇਹ ਸਾਰੇ ਮਿਟ ਜਾਂਦੇ ਨੇ। ਬਿਨਸੈ ਲੋਭ ਸੁਆਨ, ਸੁਆਨ ਕਿਹਾ ਜਾਂਦਾ ਹੈ ਕੁੱਤੇ ਨੂੰ, ਕਿ ਜਿਵੇਂ ਇੱਕ ਕੁੱਤੇ ਦੀ ਬਿਰਤੀ ਹੈ ਕਿ ਉਹਦਾ ਪੇਟ ਭਾਵੇਂ ਭਰਿਆ ਹੋਵੇ ਪਰ ਫਿਰ ਵੀ ਉਹਦੇ ਸਾਹਮਣੇ ਕੋਈ ਚੀਜ਼ ਰੱਖ ਦਿਓਗੇ ਤੇ ਉਹ ਮੂੰਹ ਜ਼ਰੂਰ ਮਾਰੇਗਾ। ਆਲੇ ਦੁਆਲੇ ਪਏ ਹੋਏ ਭਾਂਡਿਆਂ ਦੇ ਅੰਦਰ ਉਹ ਜ਼ਰੂਰ ਮੂੰਹ ਮਾਰੇਗਾ, ਕਿਉਂਕਿ ਉਹਦੀ ਬਿਰਤੀ ਨਹੀਂ ਰੱਜਦੀ। ਪੇਟ ਰੱਜ ਜਾਂਦਾ ਹੈ ਪਰ ਉਹਦੀ ਭਾਵਨਾ ਨਹੀਂ ਰੱਜਦੀ। ਹਰ ਇੱਕ ਚੀਜ਼ ਨੂੰ ਮੂੰਹ ਲਾਉਣਾ ਚਾਹੁੰਦਾ ਹੈ, ਭਾਵੇਂ ਉਹ ਛਕੇ ਨਾ ਛਕੇ, ਲੇਕਿਨ ਜੂਠਾ ਜ਼ਰੂਰ ਕਰੇਗਾ। ਇਸੇ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਲੋਭ ਦਾ, ਲਾਲਚ ਦਾ ਸਵਾਨ ਕੁੱਤਾ ਤੇਰੇ ਮਨ ਦੇ ਵਿੱਚ ਜਾਗਿਆ ਹੋਇਆ ਹੈ ਕਿ ਇਹਦਾ ਵੀ ਮੈਨੂੰ ਮਿਲ ਜਾਏ, ਉਹਦਾ ਵੀ ਮੈਨੂੰ ਮਿਲ ਜਾਏ, ਫਲਾਣੇ ਦਾ ਹੱਕ ਵੀ ਮੈਂ ਖੋਲਾਂ ਤੇ ਦੂਜੇ ਦਾ ਹੱਕ ਵੀ ਮੈਂ ਖੋਲਾਂ, ਆਪਣੇ ਆਪ ਦੇ ਵਿੱਚ ਸਬਰ ਨਹੀਂ ਕਰਦਾ, ਆਪਣੇ ਮਿਲੇ ਹੋਏ ਦਾ ਸ਼ੁਕਰ ਨਹੀਂ ਕਰਦਾ, ਦੂਜਿਆਂ ਦੇ ਹੱਕ ਦੇ ਉੱਪਰ ਨੀਤ ਰੱਖਦਾ ਕਰਕੇ ਮੂੰਹ ਮਾਰਦਾ ਹੈ, ਇਸੇ ਪ੍ਰਕਾਰ ਤੂੰ ਵੀ ਘਰ ਘਰ ਫਿਰ ਕੇ ਪਰਾਏ ਹੱਕ ਤੇ ਮੂੰਹ ਮਾਰਨਾ ਛੱਡ ਦੇਵੇਂਗਾ। ਕਦੋਂ? ਜਦੋਂ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਸਾਧੂ ਸੰਗ ਦਾ ਰੰਗ ਤੈਨੂੰ ਲੱਗ ਗਿਆ, ਫਿਰ ਪਰਮਾਤਮਾ ਕਿਰਪਾ ਕਰਕੇ ਤੇਰੇ ਅੰਦਰੋਂ ਕਾਮ ਕ੍ਰੋਧ ਤੇ ਲੋਭ ਰੂਪੀ ਸਵਾਨ ਨੂੰ ਜਿਹੜਾ ਹੈ ਉਹ ਖਤਮ ਕਰ ਦੇਣਗੇ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਜੀ ਦਇਆ ਪ੍ਰਵਾਨ। ਫਿਰ ਸੱਚੇ ਰਸਤੇ ਤੇ ਚੱਲਦਿਆਂ ਸੰਸਾਰ ਕਿ ਇਹ ਭਲਾ ਪੁਰਸ਼ ਹੈ, ਤੇ ਮਹਾਰਾਜ ਕਿਰਪਾ ਕਰਦੇ ਨੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪਰ ਮਨੁੱਖ ਸੰਸਾਰ ਨੂੰ ਖੁਸ਼ ਕਰ ਰਿਹਾ, ਸੰਗਤ ਜੀ ਚਾਰ ਬੰਦੇ ਖੁਸ਼ ਹੋ ਜਾਣ, ਮੇਰੀ ਸਿਫਤ ਕਰਨ, ਮੇਰੀ ਸਲਾਹ ਕਰਨ, ਮੈਂ ਜਿੱਥੇ ਜਾਵਾਂ ਮੈਨੂੰ ਆਦਰ ਮਾਣ ਦੇਣ, ਮੇਰਾ ਨਾਮ ਲੈ ਕਰਕੇ, ਇੱਥੋਂ ਤੱਕ ਕਿ ਮੇਰੇ ਵਰਗੇ ਪ੍ਰਚਾਰਕ ਵੀ ਸੋਚਦੇ ਨੇ ਕਿ ਭਾਈ ਸਰੋਪਾ ਮੇਰੇ ਗਲ 'ਚ ਹੀ ਪੈਣਾ ਚਾਹੀਦਾ, ਮੇਰੀ ਉਸਤਤ ਹੋਵੇ। ਇਸੇ ਕਰਕੇ ਸਟੇਜਾਂ ਤੋਂ ਪਰਮਾਤਮਾ ਦੀ ਵਡਿਆਈ ਦੀ ਜਗ੍ਹਾ ਲੋਕਾਂ ਦੀ ਵਡਿਆਈ ਬਹੁਤੀ ਕਰਨ ਲੱਗ ਪੈਂਦੇ ਹਾਂ ਤਾਂ ਜੋ ਅਗਲੀ ਵਾਰ ਸਾਨੂੰ ਸਮਾਂ ਮਿਲਦਾ ਰਹੇ। ਪਰ ਸਤਿਗੁਰੂ ਕਿਰਪਾ ਕਰਦੇ ਨੇ, ਨਹੀਂ ਗੁਰਮੁਖਾ, ਇਸ ਪ੍ਰਕਾਰ ਨਹੀਂ। ਜੇ ਸੱਚੇ ਰਸਤੇ ਤੇ ਚੱਲੇਗਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਫਿਰ ਸੰਸਾਰ ਆਪੇ ਤੇਰੇ ਪਿੱਛੇ ਪਿੱਛੇ ਫਿਰੇਗਾ। ਕਿਉਂ? ਕਿਉਂਕਿ ਤੂੰ ਨਿਰੰਕਾਰ ਨਾਲ ਜੁੜ ਗਿਆ, ਤੇ ਜਦੋਂ ਨਿਰੰਕਾਰ ਨੂੰ ਤੇ ਤੋਏ ਤੋਏ ਹੋਏਗੀ, ਬਦਨਾਮੀ ਹੋਏਗੀ, ਪਰ ਜਦੋਂ ਉਸ ਅਕਾਲ ਪੁਰਖ ਨਾਲ ਜੁੜ ਗਿਆ ਤੇ ਸੰਸਾਰ ਆਪੇ ਹੀ ਤੇਰੇ ਪਿੱਛੇ ਚੱਲ ਪਏਗਾ। ਤੇ ਮਹਾਰਾਜ ਫਿਰ ਕਿਰਪਾ ਕਰਦੇ ਨੇ, 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। 68 ਤੀਰਥਾਂ ਜਿੰਨਾ ਪੁੰਨ ਕੇਵਲ ਤੇ ਕੇਵਲ ਜੇ ਤੇਰੇ ਮਨ ਦੇ ਅੰਦਰ ਦਇਆ ਆ ਜਾਏ ਉਹਦਾ ਹੀ ਤੈਨੂੰ ਮਿਲ ਜਾਂਦਾ ਹੈ। ਹੁਣ ਸਨਾਤਨ ਮਤ ਕਹਿੰਦਾ ਹੈ ਜੀ 68 ਤੀਰਥਾਂ ਤੇ ਇਸ਼ਨਾਨ ਕਰੀਏ ਤੇ ਫਿਰ ਮੁਕਤੀ ਮਿਲੇਗੀ। ਜੀਵਨ 'ਚ ਜਿੰਨੇ ਮਰਜ਼ੀ ਪਾਪ ਕਰ ਲਈਏ, 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਤੇ ਪਾਪ ਧੋਤੇ ਗਏ। ਤੇ ਸਤਿਗੁਰੂ ਫਿਰ ਕਿਰਪਾ ਕਰਦੇ ਨੇ, ਨਹੀਂ ਪਿਆਰਿਆ, ਜੇ ਤੇਰੇ ਅੰਦਰ ਦਇਆ ਨਹੀਂ, ਕਿਸੇ ਦੇ ਲਈ ਖਿਮਾ ਨਹੀਂ, ਕਿਸੇ ਦੇ ਵਾਸਤੇ ਤੇਰੇ ਅੰਦਰ ਤਰਸ ਨਹੀਂ, ਤੇ ਮਾਫ਼ ਕਰੀ 68
ਤੀਰਥਾਂ ਤੇ ਇਸ਼ਨਾਨ ਕੀਤਾ ਨਿਫਲ ਹੈ। ਤੇ ਜੇ ਤੇਰੇ ਸਰੀਰ ਦੇ ਅੰਦਰ ਦਇਆ ਹੈ, ਤੇਰੇ ਮਨ ਦੇ ਅੰਦਰ ਕਿਸੇ ਤੇ ਤਰਸ ਹੈ, ਕਿਸੇ ਦਾ ਭਲਾ ਕਰਨ ਦੀ ਭਾਵਨਾ ਰੱਖਦਾ ਹੈ, ਤੇ 68 ਤੀਰਥਾਂ ਜਿੰਨਾ ਪੁੰਨ ਜੀ ਦਇਆ ਪ੍ਰਵਾਨ, ਜੀ ਦੇ ਅੰਦਰ ਕੀਤੀ ਹੋਈ ਦਇਆ, ਕਿਸੇ ਜੀਵ ਦੇ ਉੱਪਰ ਕੀਤੀ ਹੋਈ ਦਇਆ, ਉਹ ਤੇਰੇ ਵਾਸਤੇ 68 ਤੀਰਥਾਂ ਦਾ ਫਲ ਮਿਲ ਜਾਵੇਗਾ ਤੈਨੂੰ, ਭਟਕਣ ਦੀ ਲੋੜ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਖੰਡੇ ਬਾਟੇ ਦੀ ਪੌਲ ਛਕਾਉਣ ਲੱਗਿਆਂ ਵੀ ਦਇਆ ਨੂੰ ਉਹਨਾਂ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਸਾਡੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਦਇਆ ਹੋਣੀ ਚਾਹੀਦੀ ਹੈ, ਫਿਰ ਧਰਮ ਚੱਲੇਗਾ ਅਤੇ ਫਿਰ ਜਾ ਕਰਕੇ ਉਸ ਪਰਮਾਤਮਾ 'ਚ ਅਕਾਲ ਪੁਰਖ ਨਿਰੰਕਾਰ ਦੇ ਰਸਤੇ 'ਤੇ ਪਹੁੰਚ ਸਕਾਂਗੇ। ਸੋ ਸਤਿਗੁਰੂ ਕਿਰਪਾ ਕਰਦੇ ਨੇ ਜੀ ਦਇਆ ਪ੍ਰਵਾਨ, ਜਿਹਦੇ ਉਹ 68 ਤੀਰਥ ਵੀ ਨਿਫਲ ਨੇ, ਅਤੇ ਜਿਹਨੇ ਜੀ ਦੇ ਅੰਦਰ ਦਇਆ ਲੈ ਆਉਂਦੀ, ਜੀਵਾਂ ਦੇ ਉੱਪਰ ਦਇਆ ਕਰ ਦਿੱਤੀ, ਪਰਮਾਤਮਾ ਦੇ ਬਣਾਏ ਹੋਏ ਜੀਵਾਂ ਨੂੰ ਦਇਆ ਦੇ ਰੂਪ ਦੇ ਵਿੱਚ ਵੇਖਿਆ ਹੈ, ਉਹਨਾਂ 'ਤੇ ਤਰਸ ਕੀਤਾ ਹੈ, ਅਤੇ ਉਹਦੇ ਵਾਸਤੇ 68 ਤੀਰਥਾਂ ਦਾ ਫਲ ਉਹਨੂੰ ਘਰ ਬੈਠੇ ਹੀ ਪ੍ਰਾਪਤ ਹੋ ਸਕਦਾ ਹੈ। ਜਿਸਨੋਂ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਅਤੇ ਸਤਿਗੁਰੂ ਫਿਰ ਕਿਰਪਾ ਕਰਕੇ ਸਮਝਾ ਰਹੇ ਨੇ ਜਿਸਨੂੰ ਦੇਵੈ ਦਇਆ ਕਰ, ਅਤੇ ਇਹ ਐਡਾ ਸੌਖਾ ਕਾਰਜ ਨਹੀਂ, ਜਿਹਦੇ ਉੱਪਰ ਉਹਦੀ ਰਹਿਮਤ ਹੋ ਜਾਏ, ਜਿਹੜਾ ਉਹਦੇ ਬਚਨਾਂ ਨੂੰ ਸੁਣ ਕੇ ਮੰਨਣ ਲੱਗ ਪਵੇ, ਉਹ ਅਕਾਲ ਪੁਰਖ ਆਪਣਾ ਹੱਥ ਉਹਦੇ ਸਿਰ 'ਤੇ ਰੱਖ ਦਿੰਦਾ ਹੈ, ਅਤੇ ਉਹਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ, ਸੁਣਦੇ ਸਾਰੇ ਨੇ ਸੰਗਤ ਜੀ ਪਰ ਮੰਨਦਾ ਕੋਈ ਨਹੀਂ। ਇੰਟਰਨੈੱਟ ਮੀਡੀਆ ਦੇ ਰਾਹੀਂ, ਟੈਲੀਵਿਜ਼ਨਸ ਦੇ ਰਾਹੀਂ, ਗੁਰਦੁਆਰੇ ਸਾਹਿਬਾਨ ਦੇ ਰਾਹੀਂ ਪ੍ਰਚਾਰ ਬਹੁਤ ਹੋ ਰਿਹਾ ਹੈ, ਬਾਣੀ ਪੜ੍ਹੀ ਵੀ ਜਾ ਰਹੀ ਹੈ, ਬਾਣੀ ਸੁਣੀ ਵੀ ਜਾ ਰਹੀ ਹੈ, ਪਰ ਸੰਗਤ ਜੀ ਮੰਨਿਆ ਨਹੀਂ ਜਾ ਰਿਹਾ, ਇਸੇ ਕਰਕੇ ਖੁਆਰੀ ਹੋ ਰਹੀ ਹੈ। ਅਤੇ ਸਤਿਗੁਰੂ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਉਹਨਾਂ ਦੇ ਜੀਵਨ ਦੇ ਵਿੱਚ ਸਤਿਗੁਰੂ ਨੇ ਆਪਣਾ ਹੱਥ ਸਿਰ 'ਤੇ ਰੱਖ ਦਿੱਤਾ, ਅਤੇ ਉਹ ਬੜੇ ਬਿਰਲੇ ਹਨ। ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਉਹੀ ਸਿਆਣਾ ਹੈ ਜਿਹਨੇ ਸੁਣਿਆ ਅਤੇ ਮੰਨ ਲਿਆ, ਜਿਹਨੇ ਸੁਣ ਕੇ ਮੰਨਿਆ ਨਹੀਂ ਉਹਦਾ ਸੁਣਿਆ ਵੀ ਵਿਅਰਥ ਚੱਲਿਆ ਗਿਆ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ, ਜਿਨ੍ਹਾਂ ਨੂੰ ਉਹ ਪਰਮਾਤਮਾ ਮਿਲ ਚੁੱਕਾ, ਜਿਹੜੇ ਉਹਦੇ ਰਸਤੇ 'ਤੇ ਚੱਲ ਪਏ, ਜਿਹੜੇ ਉਹਦੇ ਬਚਨਾਂ ਨੂੰ ਮੰਨਣ ਲੱਗ ਪਏ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਮੈਂ ਉਹਨਾਂ ਤੋਂ ਵਾਰੇ ਵਾਰੇ ਜਾਂਦਾ ਹਾਂ। ਮਾਘ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰੂ ਮਿਹਰਬਾਨ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਮਾਘ ਦੇ ਮਹੀਨੇ ਦੇ ਅੰਦਰ ਉਹੀ ਸੁੱਚੇ ਹਨ, ਉਹੀ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹਨ, ਮਿਹਰਬਾਨ ਹੋ ਗਿਆ, ਅਤੇ ਇਹ ਗੱਲ ਸਮਝ ਆ ਗਈ, ਪੂਰਾ ਪ੍ਰਭ ਆਰਾਧੀਐ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਕਿ ਉਹ ਸਭ ਕੁਛ ਉਸ ਅਕਾਲ ਪੁਰਖ ਦਾ ਹੈ, ਪੂਰੇ ਕਾ ਕੀਆ ਸਭ ਕੁਛ ਪੂਰਾ, ਵੱਧ ਘੱਟ ਕਿਛ ਨਾਹੀਂ, ਕਿ ਜੋ ਉਹ ਕਰਦਾ ਹੈ ਉਹ ਭਾਈ ਸਭ ਦੇ ਲਈ ਭਲੇ ਦੇ ਵਾਸਤੇ ਹੀ ਕਰਦਾ ਹੈ। ਜਦੋਂ ਇਹ ਗੱਲ ਸਮਝ ਆ ਗਈ ਜਿਨ੍ਹਾਂ ਦੇ ਉੱਪਰ ਉਹ ਪੂਰਾ ਪ੍ਰਭ ਮਿਹਰਬਾਨ ਹੋ ਗਿਆ, ਉਹੀ ਇਸ ਮਾਘ ਦੇ ਮਹੀਨੇ ਦੇ ਅੰਦਰ ਸੁੱਚੇ ਗਿਣੇ ਜਾਣਗੇ, ਖਰੇ ਗਿਣੇ ਜਾਣਗੇ। ਸੋ ਗੁਰਸਿੱਖਾ, ਇਹ ਮਾਘ ਦਾ ਮਹੀਨਾ ਉਹਨਾਂ ਸਾਧੂ ਸੰਗਤਾਂ ਦੇ ਨਾਲ ਜੁੜ ਜਾ, ਤਾਂ ਜੋ ਤੇਰੇ ਅੰਦਰ ਵੀ ਦਇਆ ਪੈਦਾ ਹੋ ਜਾਵੇ ਅਤੇ ਉਸ ਵਾਹਿਗੁਰੂ ਦੇ ਦਰ 'ਤੇ ਤੂੰ ਪ੍ਰਵਾਨ ਹੋ ਸਕੇ। ਸੋ ਮਾਘ ਦੇ ਮਹੀਨੇ ਦੀ ਸੰਗਰਾਂਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਅੱਜ ਦਾ ਇਹ ਗੁਰਬਾਣੀ ਦਾ ਫੁਰਮਾਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਅਤੇ ਨਾਲ ਹੀ ਸੰਗਤ ਜੀ ਅੱਜ ਦੇ ਹੀ ਦਿਹਾੜੇ ਦੇ ਉੱਪਰ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ ਉਹਨਾਂ 40 ਮੁਕਤਿਆਂ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਸੋ ਮੈਂ ਕੇਵਲ ਟੂਕ ਮਾਤਰ ਜ਼ਿਕਰ ਕਰਦਾ ਜਾਵਾਂ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਿਖੇ ਵਿਰਾਜਮਾਨ ਹਨ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਖਾਲਸਾ ਪੰਥ ਦੀ ਸਿਰਜਣਾ ਕੀਤੀ, ਖੰਡੇ ਬਾਟੇ ਦੀ ਪੌਲ ਛਕਾ ਕਰਕੇ
ਚਿੜੀਆਂ ਤੋਂ ਬਾਜ ਬਣਾ ਦਿੱਤੇ, ਭਾਵ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਛੋਟੀਆਂ ਜਾਤਾਂ ਗਿਣਿਆ ਜਾਂਦਾ ਸੀ ਉਹਨਾਂ ਨੂੰ ਯੋਧੇ ਸੂਰਵੀਰ ਬਣਾ ਦਿੱਤਾ ਅਤੇ ਪਹਾੜੀ ਰਾਜਿਆਂ ਤੋਂ ਇਹ ਜਰਿਆ ਨਾ ਗਿਆ। ਅਤੇ ਸਤਿਗੁਰੂ ਜੀ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ ਪਰ ਸਾਡਾ ਬਾਟਾ ਇਹਨਾਂ ਤੋਂ ਵੱਖਰਾ ਕਰ ਦਿੱਤਾ ਜਾਵੇ, ਅਸੀਂ ਇਹਨਾਂ ਦੇ ਨਾਲ ਨਹੀਂ ਬਹਿਣਾ। ਅਤੇ ਮਹਾਰਾਜ ਨੇ ਕਿਰਪਾ ਕੀਤੀ ਸੀ, ਨਹੀਂ ਭਾਈ, ਇੱਥੇ ਸਾਂਝੀਵਾਲਤਾ ਦੀ ਗੱਲ ਹੋਵੇਗੀ, ਉੱਚੇ ਨੀਵੇਂ ਦਾ ਵਖਰੇਵਾ ਨਹੀਂ ਹੋਵੇਗਾ। ਸਤਿਗੁਰੂ ਜੀ ਦੇ ਨਾਲ ਈਰਖਾ ਕਰਦਿਆਂ ਹੋਇਆਂ ਕਈ ਵਾਰ ਮਹਾਰਾਜ ਜੀ ਦੇ ਉੱਪਰ ਹਮਲੇ ਕੀਤੇ ਅਤੇ ਮੂੰਹ ਦੀ ਖਾਣੀ ਪਈ। ਸਤਿਗੁਰੂ ਸੱਚੇ ਪਾਤਸ਼ਾਹ ਨੇ 14 ਜੰਗਾਂ ਲੜੀਆਂ ਨੇ। ਸਮਾਂ ਆਇਆ ਹੈ ਕਿ ਜਦੋਂ ਪਹਾੜੀ ਰਾਜਿਆਂ ਦੀ ਬਾਹ ਪੇਸ਼ ਨਹੀਂ ਚੱਲੀ, ਸਤਿਗੁਰੂ ਜੀ ਨਾਲ ਲੜ ਕੇ ਵੇਖ ਲਿਆ, ਮਹਾਰਾਜ ਜੀ ਨਾਲ ਸ਼ਾਸਨ ਕਰਕੇ ਦੇਖ ਲਈਆਂ, ਅਤੇ ਫਿਰ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵੱਖਰਾ ਪੰਥ ਬਣਾ ਲਿਆ ਹੈ, ਇੱਕ ਵੱਖਰੀ ਫੌਜ ਤਿਆਰ, ਤਖਤ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ ਜੇ ਅੱਜ ਨਾ ਰੋਕਿਆ ਗਿਆ ਤੇ ਆਉਣ ਵਾਲਾ ਸਮਾਂ ਭਿਆਨਕ ਹੋਵੇਗਾ। ਬਾਦਸ਼ਾਹ ਕੰਨਾਂ ਦੇ ਕੱਚੇ ਹੋਇਆ ਕਰਦੇ ਸਨ, ਚਿੱਠੀਆਂ ਨੂੰ ਸੁਣ ਕਰਕੇ ਆਪਣੀਆਂ ਫੌਜਾਂ ਨੂੰ ਹੁਕਮ ਦੇ ਦਿੱਤਾ। ਫੌਜਾਂ ਦੇ ਸੂਬੇਦਾਰ ਖਵਾਜਾ ਮਰਦੂਦ ਨੂੰ ਅੱਗੇ ਲਾ ਕਰਕੇ ਭੇਜਿਆ ਹੈ, ਸਰਹੰਦ ਦਾ ਸੂਬੇਦਾਰ ਅਤੇ ਦੂਸਰੇ ਸੂਬਿਆਂ ਦੇ ਸੂਬੇਦਾਰ ਫੌਜਾਂ ਨੂੰ ਨਾਲ ਲੈ ਕਰਕੇ ਆਏ ਨੇ। ਪਹਾੜੀ ਰਾਜਿਆਂ ਨੇ ਰਲ ਕਰਕੇ ਅਨੰਦਪੁਰ ਸਾਹਿਬ ਦੇ ਹਮਲਾ ਕਰ ਦਿੱਤਾ ਹੈ ਅਤੇ ਸੰਗਤ ਜੀ ਘੇਰਾ ਪਾ ਲਿਆ। ਬਹੁਤ ਲੰਮਾ ਸਮਾਂ ਅਨੰਦਪੁਰ ਸਾਹਿਬ ਜੀ ਦਾ ਘੇਰਾ ਬਣਿਆ ਰਿਹਾ, ਨਾ ਕੋਈ ਅੰਦਰ ਜਾ ਸਕਦਾ ਹੈ ਅਤੇ ਨਾ ਕੋਈ ਕਿਲ੍ਹੇ 'ਚੋਂ ਬਾਹਰ ਆ ਸਕਦਾ ਹੈ। ਗੁਰੂ ਕੇ ਸਿੱਖਾਂ ਨੇ ਆਪਣੀ ਤਾਕਤ ਦੇ ਨਾਲ ਮੁਕਾਬਲਾ ਕੀਤਾ, ਪਰ ਸਮਾਂ ਐਸਾ ਆਇਆ ਕਿ ਤਕਰੀਬਨ 7 ਤੋਂ 8 ਮਹੀਨੇ ਤੱਕ ਦਾ ਜਦੋਂ ਮੁੱਕ ਗਈ, ਮਾਲ ਡੰਗਰ ਵਾਸਤੇ ਚਾਰਾ ਵੀ ਮੁੱਕ ਗਿਆ ਅਤੇ ਸਿੱਖਾਂ ਨੇ ਦਰਖਤਾਂ ਦੇ ਪੱਤੇ ਤੋੜ ਤੋੜ ਕੇ ਖਾਧੇ, ਛਿੱਲਾਂ ਉਬਾਲ ਉਬਾਲ ਕੇ ਪਾਣੀ ਦੇ ਵਿੱਚ ਉਸ ਪਾਣੀ ਨੂੰ ਪੀਤਾ, ਅਤੇ ਅੰਤ ਸਮਾਂ ਐਸਾ ਆ ਗਿਆ ਕਿ ਰੁੱਖਾਂ ਦੇ ਪੱਤੇ ਅਤੇ ਛਿੱਲਾਂ ਤੱਕ ਵੀ ਖਤਮ ਹੋ ਗਈਆਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਸਨ ਕਿ ਇਹ ਸਮਾਂ ਆਉਣਾ ਹੈ। ਅਤੇ ਫਿਰ ਬਾਹਰਲੇ ਪਾਸੇ ਵੀ ਫੌਜਾਂ ਦਾ ਹਾਲ ਬੁਰਾ ਸੀ। ਗੁਰਸਿੱਖ ਸੂਰਬੀਰ ਰਾਤ ਨੂੰ ਹੱਲਾ ਕਰਦੇ ਅਤੇ ਉਹਨਾਂ ਤੋਂ ਰਸਦ ਪਾਣੀ ਖੋਹ ਲੈਂਦੇ ਅਤੇ ਉਸੇ ਰਸਦ ਪਾਣੀ ਦੇ ਨਾਲ ਆਪਣਾ ਗੁਜ਼ਾਰਾ ਕਰਦੇ। ਅਤੇ ਪਹਾੜੀ ਰਾਜਿਆਂ ਨੇ ਵੀ ਜਦੋਂ ਦੇਖਿਆ ਕਿ ਫੌਜਾਂ ਦੇ ਅੰਦਰ ਬਿਮਾਰੀ ਫੈਲਣੀ ਸ਼ੁਰੂ ਹੋ ਗਈ, ਇੰਨੇ ਮਹੀਨਿਆਂ ਤੋਂ ਫੌਜ ਬੇਕਾਰ ਬੈਠੀ ਹੋਈ ਹੈ, ਲੜਨ ਵਾਲੇ ਸੂਰਬੀਰ ਘਰਾਂ ਤੋਂ ਬਾਹਰ ਬੈਠੇ ਨੇ, ਸਭ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਨੇ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਾਂ ਹਜੇ ਅਸੀਂ ਫੜ ਨਹੀਂ ਸਕੇ, ਅਤੇ ਫਿਰ ਕੀ ਕੀਤਾ ਜਾਵੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਫਿਰ ਵਿਉਂਤਬੰਦੀਆਂ ਬਣਾਉਣ ਲੱਗੇ ਨੇ। ਫਿਰ ਔਰੰਗਜ਼ੇਬ ਨੇ ਚਿੱਠੀ ਲਿਖ ਕੇ ਭੇਜੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੋ ਕਿਲ੍ਹਾ ਛੱਡ ਜਾਣ, ਅਸੀਂ ਕੋਈ ਲੜਾਈ ਝਗੜਾ ਨਹੀਂ ਕਰਾਂਗੇ। ਅਤੇ ਆਪਣੇ ਵੱਲੋਂ ਇੱਕ ਚਿੱਠੀ ਲਿਖ ਕੇ ਭੇਜੀ ਜਿਹਦੇ ਵਿੱਚ ਕੁਰਾਨ ਦੀ ਸਹੁੰ ਖਾਧੀ ਗਈ, ਆਪਣੇ ਅੱਲਾ ਦੀ ਸਹੁੰ ਖਾਧੀ ਗਈ, ਅਤੇ ਇਹ ਕਿਹਾ ਗਿਆ ਸੂਝਵਾਨ ਮੁੱਲਾ ਮੁਲਾਣੇ ਨੂੰ ਸਿਰ ਦੇ ਉੱਪਰ ਕੁਰਾਨ ਸ਼ਰੀਫ ਰੱਖ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਭੇਜੋ, ਅਤੇ ਉਹ ਚਿੱਠੀ ਲੈ ਕੇ ਜਾਵੇ। ਅਤੇ ਨਾਲ ਹੀ ਪਹਾੜੀ ਰਾਜਿਆਂ ਨੇ ਵਿਉਂਤਬੰਦੀ ਬਣਾਈ ਕਿ ਇੱਕ ਥਾਲੀ ਦੇ ਵਿੱਚ ਆਟੇ ਦੀ ਗਊ ਬਣਾ ਕਰਕੇ ਇੱਕ ਨੰਗੀ ਛੁਰੀ ਉਹਦੇ ਅੱਗੇ ਰੱਖੀ ਜਾਵੇ ਕਿ ਜਿੰਨਾ ਇੱਕ ਗਊ ਨੂੰ ਮਾਰਨ ਦਾ ਪਾਪ ਲੱਗਦਾ ਹੈ ਸਾਨੂੰ ਉਹਨਾਂ ਪਾਪ ਲੱਗੇ ਜੇ ਅਸੀਂ ਤੁਹਾਡੇ ਨਾਲ ਕੋਈ ਗਲਤ ਕਾਰਜ ਕਰੀਏ ਜਾਂ ਤੁਹਾਡੇ ਉੱਪਰ ਹੱਲਾ ਕਰੀਏ, ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲਓ ਕਿ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਓ ਅਤੇ ਇਹ ਜੰਗ ਇੱਥੇ ਸਮਾਪਤ ਹੋਵੇ, ਜਦੋਂ ਸਮਾਂ ਠੀਕ ਹੋ ਜਾਏਗਾ ਤੁਸੀਂ ਵਾਪਸ ਆ ਜਾਇਓ। ਪਰ ਮਹਾਰਾਜ ਜਾਣਦੇ ਸਨ ਕਿ ਭਾਈ ਇਹ ਝੂਠ ਬੋਲਦੇ ਨੇ, ਸਤਿਗੁਰੂ ਕੋਲ ਬੇਨਤੀ ਕੀਤੀ, ਮਹਾਰਾਜ ਨੇ ਪ੍ਰਵਾਨ ਨਹੀਂ ਕੀਤੀ। ਫਿਰ ਜਾ ਕਰਕੇ ਮਾਤਾ ਗੁਜਰ ਕੌਰ ਜੀ ਨੂੰ ਦਿੰਦੇ ਨੇ, ਜਿਵੇਂ ਪਹਿਲਾਂ ਸਤਿਗੁਰੂ ਜੀ ਨੇ ਗੁਰੂ ਖਾਲਸਾ ਪੰਥ ਸਜਾਇਆ ਸੀ ਅਤੇ ਉਦੋਂ ਵੀ ਮਾਤਾ ਗੁਜਰ ਕੌਰ ਜੀ ਕੋਲ ਭੱਜੇ ਗਏ ਸਨ ਕਿ ਆਪ ਜੀ ਦੇ ਲਾਲ ਨੂੰ ਸਮਝਾਓ, ਨੰਗੀ ਤਲਵਾਰ ਲੈ ਕੇ ਖੜ੍ਹੇ ਨੇ। ਇਸੇ ਪ੍ਰਕਾਰ ਮਾਤਾ ਜੀ ਨੂੰ ਜਾ ਕਰਕੇ ਬੇਨਤੀ ਕਰਦੇ ਨੇ, ਹੋਰ ਵੀ ਗੁਰਸਿੱਖਾਂ ਨੇ ਆ ਕਰਕੇ ਬੇਨਤੀ ਕੀਤੀ ਕਿ ਗੁਰੂ ਕਲਗੀਧਰ ਪਿਤਾ ਤਾਂ ਮੰਨਦੇ ਨਹੀਂ, ਮਾਤਾ ਜੀ ਆਪ ਜੀ ਸਮਝਾਓ। ਅਤੇ ਮਾਤਾ ਜੀ ਨੇ ਕਿਹਾ ਕਿ ਉਹ ਜਾਣੀ ਜਾਣ ਨੇ ਜੋ ਕਹਿਣਗੇ ਉਹ ਸੱਤ ਹੈ। ਅਤੇ ਗੁਰਸਿੱਖਾਂ ਨੇ ਅਤੇ ਮਾਤਾ ਜੀ ਨੇ ਰਲ ਕਰਕੇ ਸਤਿਗੁਰੂ ਜੀ ਨੂੰ ਕਿਹਾ ਹੈ ਕਿ ਜੇਕਰ ਸਹੁੰਆਂ ਖਾਂਦੇ ਨੇ ਮੰਨਦੇ ਨੇ ਤਾਂ ਆਪਾਂ ਕਿਲ੍ਹਾ ਛੱਡ ਦੇਈਏ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਝੂਠ ਬੋਲਦੇ ਨੇ, ਸਤਿਗੁਰੂ ਕਿਰਪਾ ਕਰੋ ਕਿਲ੍ਹਾ ਛੱਡ ਦੇਈਏ। ਅਤੇ ਮਹਾਰਾਜ ਕਹਿੰਦੇ ਭਾਈ 3 ਦਿਨ ਦਾ ਸਮਾਂ ਹੋਰ ਦੇ ਦਿਓ,
ਸਤਿਗੁਰੂ ਕਿਰਪਾ ਕਰ ਦੇਣਗੇ। ਅਤੇ ਗੁਰਸਿੱਖਾਂ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਜੀ 3 ਦਿਨ ਇੱਕ ਪਲ ਵੀ ਕੱਢਣਾ ਔਖਾ ਹੋਇਆ ਹੈ, ਕਿਉਂਕਿ ਮਹਾਰਾਜ ਜਾਣਦੇ ਸਨ ਕਿ ਉਹੀ 3 ਦਿਨ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਹੈ, ਸਰਸਾ ਨਦੀ 'ਤੇ ਪਰਿਵਾਰ ਵਿਛੋੜਾ ਹੋਣਾ ਹੈ, ਅਤੇ ਅੱਗੇ ਚੱਲ ਕੇ ਜਾ ਕੇ ਚਮਕੌਰ ਦੀ ਗੜੀ ਦੇ ਅੰਦਰ ਸਾਹਿਬਜ਼ਾਦਿਆਂ ਦੀਆਂ ਸਿੰਘਾਂ ਦੀਆਂ ਸ਼ਹਾਦਤਾਂ ਹੋਣੀਆਂ ਨੇ। ਜੇ ਕਿਲ੍ਹਾ ਨਹੀਂ ਛੱਡਦੇ ਤਾਂ ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਮੇਂ ਦੇ ਅੰਦਰ ਕੋਈ ਹੋਰ ਭਾਣਾ ਵਰਤਾਉਂਦੇ। ਜ਼ਾਲਮ ਦੀ ਜਿਹੜੀ ਹੈ ਉੱਥੇ ਹਾਰ ਯਕੀਨੀ ਸੀ, ਅਤੇ ਸਤਿਗੁਰੂ ਨੇ ਕਿਹਾ ਸੀ ਕਿ 3 ਦਿਨ ਹੋਰ ਰੁਕ ਜਾਓ, ਹਜੇ ਕਾਹਲ ਨਾ ਕਰੋ। ਅਤੇ ਗੁਰਸਿੱਖਾਂ ਨੇ ਕਿਹਾ ਸਤਿਗੁਰੂ ਜੀ ਨਹੀਂ ਰੁਕ ਸਕਦੇ, ਅਤੇ ਮਹਾਰਾਜ ਨੇ ਫਿਰ ਵੀ ਸੰਗਤ ਜੀ ਗੁਰਸਿੱਖਾਂ ਨੂੰ ਰੋਕਣ ਵਾਸਤੇ ਕਿਹਾ ਕਿ ਜੇਕਰ ਨਹੀਂ ਰੁਕ ਸਕਦੇ ਤਾਂ ਮੈਨੂੰ ਲਿਖ ਕੇ ਦੇ ਜਾਓ, ਫਿਰ ਤੁਸੀਂ ਮੇਰੇ ਸਿੱਖ ਨਹੀਂ ਅਤੇ ਮੈਂ ਤੁਹਾਡਾ ਗੁਰੂ ਨਹੀਂ, ਜੇ ਤੁਸੀਂ ਬਚਨ ਨਹੀਂ ਮੰਨਣਾ। ਅਤੇ ਉਸ ਵਕਤ ਭਾਈ ਮਹਾਂ ਸਿੰਘ ਅਤੇ ਹੋਰ 40 ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਲਿਖ ਕਰਕੇ ਦਿੱਤਾ ਕਿ ਸਤਿਗੁਰੂ ਜੀ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ। ਭੁੱਖ ਦੇ ਸਤਾਏ ਹੋਏ ਇਹ ਸਿੱਖ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਬਾਹਰ ਨਿਕਲੇ ਨੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ ਕਿ ਦੁਨੀਆਂ ਦੇ ਅੰਦਰ ਮੰਨੇ ਜਾਂਦੇ ਦੁੱਖਾਂ ਦੇ ਵਿੱਚੋਂ ਇੱਕ ਦੁੱਖ ਭੁੱਖ ਦਾ ਵੀ ਹੈ, ਜਿਹੜੇ ਕੋਈ ਕੋਈ ਸਹਾਰ ਸਕਦਾ ਹੈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਉਹ ਭੁੱਖ ਨੂੰ ਨਾ ਸਹਾਰਦਿਆਂ ਹੋਇਆ ਸਤਿਗੁਰੂ ਤੋਂ ਬੇਮੁੱਖ ਹੋ ਕਰਕੇ ਨਿਕਲੇ ਨੇ। ਮਹਾਰਾਜ ਜੀ ਨੇ ਕਿਲ੍ਹਾ ਛੱਡਿਆ ਹੈ, ਸਾਰਾ ਇਤਿਹਾਸ ਤੁਸੀਂ ਜਾਣਦੇ ਹੋ। ਅਤੇ ਸਮਾਂ ਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਖਿਦਰਾਣੇ ਦੀ ਢਾਬ 'ਤੇ ਆ ਪਹੁੰਚੇ ਨੇ। ਉਹਨਾਂ ਗੁਰਸਿੱਖਾਂ ਨੂੰ ਜਦੋਂ ਲਾਹਣਤਾਂ ਪਈਆਂ, ਘਰ ਪਰਿਵਾਰ ਨੇ ਵੀ ਮੂੰਹ ਨਾ ਲਾਇਆ, ਅਤੇ ਮਾਤਾ ਭਾਗ ਕੌਰ ਦੀ ਅਗਵਾਈ ਰਾਣੇ ਦੀ ਢਾਬ 'ਤੇ ਮਿਲਦੇ ਨੇ। ਅਤੇ ਸਤਿਗੁਰੂ ਜੀ ਨੂੰ ਕਹਿੰਦੇ ਨੇ ਕਿ ਮਹਾਰਾਜ ਗਲਤੀ ਹੋ ਗਈ। ਅਤੇ ਸਤਿਗੁਰੂ ਕਹਿੰਦੇ ਭਾਈ ਨਹੀਂ, ਜੋ ਕਾਰਜ ਹੋ ਗਿਆ ਉਹਨੂੰ ਅਸੀਂ ਉਲੱਦ ਨਹੀਂ ਸਕਦੇ, ਅਸੀਂ ਤੁਹਾਡੇ ਵਾਸਤੇ ਕੁਝ ਨਹੀਂ ਕਰ ਸਕਦੇ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ ਦਿਓ। ਅਤੇ ਮਹਾਰਾਜ ਕਹਿੰਦੇ ਭਾਈ ਜਦੋਂ ਤੁਸੀਂ ਸਾਡੇ ਨਾਲੋਂ ਨਾਤਾ ਹੀ ਤੋੜ ਲਿਆ, ਗੁਰੂ ਹੀ ਮੰਨਣ ਤੋਂ ਇਨਕਾਰੀ ਹੋ ਗਏ ਹੋ, ਅਤੇ ਫਿਰ ਅਸੀਂ ਤੁਹਾਡੇ 'ਤੇ ਕੀ ਕਿਰਪਾ ਕਰ ਸਕਦੇ ਹਾਂ। ਇੰਨੀ ਗੱਲ ਸੁਣ ਕਰਕੇ ਸਤਿਗੁਰੂ ਜੀ ਤੋਂ ਵਾਪਸ ਮੁੜਨਾ ਚਾਹਿਆ। ਜਦੋਂ ਪਿੱਛੇ ਮੁੜਦੇ ਨੇ ਤਾਂ ਰਸਤੇ 'ਚ ਦੇਖਿਆ ਕਿ ਮੁਗਲ ਫੌਜਾਂ ਚੜ੍ਹੀਆਂ ਆ ਰਹੀ ਕਰਨ ਵਾਸਤੇ, ਘਰ ਨੂੰ ਵਾਪਸ ਜਾਣ ਦੀ ਬਜਾਏ ਮਾਤਾ ਭਾਗ ਕੌਰ ਜੀ ਦੇ ਨਾਲ ਮਿਲ ਕਰਕੇ ਇਹ ਫੈਸਲਾ ਕੀਤਾ ਹੈ ਕਿ ਹੁਣ ਘਰ ਵਾਪਸ ਨਹੀਂ ਜਾਣਾ, ਇੱਕ ਵਾਰ ਗਲਤੀ ਕਰ ਚੁੱਕੇ ਹਾਂ, ਹੁਣ ਸ਼ਹੀਦੀਆਂ 'ਤੇ ਦੇ ਦਿਆਂਗੇ, ਪਰ ਸਤਿਗੁਰੂ ਜੀ ਤੋਂ ਖਿਮਾ ਜ਼ਰੂਰ ਲੈਣੀ ਹੈ। ਉਸੇ ਮੈਦਾਨੇ ਜੰਗ ਦੇ ਵਿੱਚ ਉਤਰ ਕਰਕੇ ਮੁਗਲ ਫੌਜਾਂ ਦਾ ਟਾਕਰਾ ਕੀਤਾ, ਲੜਦਿਆਂ ਲੜਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅਤੇ ਸਤਿਗੁਰੂ ਮਹਾਰਾਜ ਉੱਚੀ ਟਿੱਬੀ 'ਤੇ ਬੈਠੇ ਦੇਖਦੇ ਰਹੇ ਕਿ ਉਹੀ 40 ਸਿੰਘ ਜਿਹੜੇ ਕਿਸੇ ਸਮੇਂ ਸਤਿਗੁਰੂ ਦਾ ਸਾਥ ਛੱਡ ਗਏ ਸੀ, ਅੱਜ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਨੇ, ਪਰ ਗੁਰੂ ਦੀ ਖੁਸ਼ੀ ਲੈਣੀ ਚਾਹੁੰਦੇ ਨੇ। ਸਮਾਂ ਸੰਗਤ ਜੀ ਗਰਮੀ ਦਾ ਸੀ, ਵੈਸਾਖ ਦੇ ਆਖਰੀ ਦਿਨਾਂ ਦਾ ਇਤਿਹਾਸਕਾਰ ਜ਼ਿਕਰ ਕਰਦੇ ਨੇ। ਪਾਣੀ ਦਾ ਪ੍ਰਬੰਧ ਕੋਈ ਨਹੀਂ ਸੀ, ਇੱਕੋ ਢਾਬ ਸੀ ਜਿਹਦੇ ਉੱਪਰ ਸਤਿਗੁਰ ਦੇ ਗੁਰਸਿੱਖਾਂ ਨੇ ਕਬਜ਼ਾ ਕੀਤਾ ਹੋਇਆ ਸੀ। ਅਤੇ ਉਸ ਵਕਤ ਮੁਗਲ ਫੌਜ ਨੇ ਇਹ ਸੋਚਿਆ ਕਿ ਸਾਰਾ ਦਿਨ ਜੰਗ ਲੜਦਿਆਂ ਹੋਇਆਂ ਪਿਆਸੀ ਫੌਜ ਦੇ ਵਾਸਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਅਤੇ ਹੁਣ ਸੂਰਬੀਰ ਲੜ ਨਹੀਂ ਸਕਣਗੇ, ਪਾਣੀ ਕਿੱਥੋਂ ਪੀਤਾ ਜਾਵੇ। ਅਤੇ ਉਸ ਵੇਲੇ ਦੀ ਉਹਨਾਂ ਦੇ ਮਦਦਗਾਰ ਕਪੂਰੇ ਚੌਧਰੀ ਨੇ ਕਿਹਾ ਹੈ ਕਿ ਜੇਕਰ ਅੱਗੇ ਜਾਂਦੇ ਹਾਂ ਤਾਂ ਸਤਿਗੁਰੂ ਦੇ ਤੀਰਾਂ ਦਾ ਸਾਹਮਣਾ ਕਰਨਾ ਪਵੇਗਾ, ਪਰ ਜੇ ਪਿੱਛੇ ਮੁੜਦੇ ਹਾਂ ਤਾਂ ਇੱਕ ਢਾਬ ਪਿੱਛੇ ਹੈ ਜਿੱਥੋਂ ਜਲ ਛਕਿਆ ਜਾ ਸਕਦਾ। ਮੁਗਲ ਫੌਜ ਨੇ ਪੈਰ ਪਿੱਛੇ ਕੀਤੇ ਨੇ, ਗੁਰਸਿੱਖਾਂ ਨੇ ਲੜਦਿਆਂ ਲੜਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ, ਬੇਅੰਤ ਤੀਰ ਚਲਾਏ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖਿਆ ਜੋ ਤੇ ਆ ਕਰਕੇ ਉਸ ਅਸਥਾਨ ਦੇ ਉੱਪਰ ਜਿੱਥੇ ਸਿੰਘ ਲੜ ਰਹੇ ਸਨ ਸਤਿਗੁਰੂ ਜੀ ਪਹੁੰਚੇ ਨੇ, ਸਾਰੇ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਨੇ, ਭਾਈ ਮਹਾਂ ਸਿੰਘ ਜੀ ਅਜੇ ਆਪਣੇ ਆਖਰੀ ਸਵਾਸ ਉੱਥੇ ਲੈ ਰਹੇ ਸਨ। ਸਤਿਗੁਰੂ ਜੀ ਨੇ ਆ ਕਰਕੇ ਭਾਈ ਮਹਾਂ ਸਿੰਘ ਜੀ ਦਾ ਸੀਸ ਚੁੱਕ ਕੇ ਗੋਦੀ 'ਚ ਰੱਖਿਆ ਅਤੇ ਪੁੱਛਿਆ ਹੈ ਕਿ ਦੱਸੋ ਕੀ ਚਾਹੀਦਾ ਹੈ, ਦੇ ਦਿਆਂ ਦੁਨੀਆਂ ਦੀਆਂ ਧਨ ਦੌਲਤਾਂ ਦੇ ਦਿਆਂ, ਤੁਹਾਡੀ ਕੀਤੀ ਹੋਈ ਸੇਵਾ ਸਫਲੀ ਹੋਈ। ਅਤੇ ਉਸ ਗੁਰਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਸਮਾਂ ਆਇਆ ਸੀ ਕਿ ਗੁਰੂ 'ਤੇ ਭਰੋਸਾ ਨਾ ਕਰਦਿਆਂ ਹੋਇਆਂ, ਗੁਰੂ ਨੂੰ ਬਚਣ 'ਤੇ ਦਿੱਤਾ ਸੀ ਅੰਮ੍ਰਿਤ ਛਕਣ ਲੱਗਿਆਂ ਕਿ ਸਤਿਗੁਰੂ ਸੀਸ ਦੇ ਦਿਆਂਗੇ ਪਰ ਤੇਰੇ ਤੋਂ ਬੇਮੁੱਖ ਨਹੀਂ ਹੋਵਾਂਗੇ, ਪਰ ਭੁੱਖ ਨਾ ਸਹਾਰਦਿਆਂ ਹੋਇਆਂ ਸਤਿਗੁਰੂ ਆਪਣਾ ਬਚਨ ਤੋੜਿਆ, ਤੈਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰੀ ਹੋ ਗਏ,
ਅੱਜ ਆਪਣੇ ਖੂਨ ਦੇ ਨਾਲ ਕੀਤੀ ਹੋਈ ਗਲਤੀ ਨੂੰ ਬਖਸ਼ਾਉਣ ਆਏ ਹਾਂ। ਮਿਹਰ ਕਰੋ, ਦੁਨੀਆ ਦੇ ਰਾਜ ਭਾਗ ਨਹੀਂ ਚਾਹੀਦੇ, ਧਨ ਦੌਲਤਾਂ ਨਹੀਂ ਚਾਹੀਦੀਆਂ, ਜੇ ਤਰੁੱਠੇ ਹੋ ਤਾਂ ਕਿਰਪਾ ਕਰਕੇ ਉਹ ਬੇਦਾਵਾ ਪਾੜ ਦਿਓ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤ ਜੀ ਉਹ ਬੇਦਾਵਾ ਆਪਣੇ ਖੀਸੇ 'ਚੋਂ ਕੱਢਿਆ ਹੈ, ਭਾਈ ਮਹਾਂ ਸਿੰਘ ਦੇ ਥੰਮਣੇ ਪਾੜਿਆ ਹੈ, ਅਤੇ ਸਿੰਘਾਂ ਨੂੰ ਰੁਤਬੇ ਬਖਸ਼ੇ ਨੇ, ਮੇਰਾ 7,000 ਏ, ਮੇਰਾ 10,000 ਏ, ਮੇਰਾ 30,000 ਏ, ਜਿੰਨੇ ਜਿੰਨੇ ਕਦਮ ਸਿੰਘ ਅੱਗੇ ਹੋ ਕਰਕੇ ਲੜੇ ਨੇ ਉਹਦੇ ਮੁਤਾਬਕ ਸਤਿਗੁਰ ਨੇ ਮਰਤਬੇ ਦਿੱਤੇ ਨੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਸ ਅਸਥਾਨ ਦੇ ਉੱਪਰ ਉਹਨਾਂ ਨੂੰ 40 ਮੁਕਤੇ ਕਰਕੇ ਨਿਵਾਜਿਆ। ਇੱਕ ਸ਼ੰਕਾ ਨਿਵਿਰਤ ਕਰਦਾ ਜਾਵਾਂ, ਅੱਜ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਜਾਣੀ ਜਾਣ ਸਨ ਅਤੇ ਅਨੰਦਪੁਰ ਦੇ ਕਿਲੇ 'ਚ ਕਰਾਮਾਤ ਕਿਉਂ ਨਹੀਂ ਵਰਤਾਈ, ਸਿੱਖਾਂ ਨੂੰ ਭੁੱਖਣ ਭਾਣੀ ਕਿਉਂ ਰੱਖਿਆ? ਜੇ ਮਹਾਰਾਜ ਉੱਥੇ ਕਲਾ ਵਰਤਾ ਦਿੰਦੇ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ, ਗੁਰਸਿੱਖਾਂ ਦਾ ਭਰੋਸਾ ਸਤਿਗੁਰੂ ਤੋਂ ਡੋਲ ਜਾਣਾ ਸੀ। ਮਹਾਰਾਜ ਨੇ ਸਿੱਖਿਆ ਦੇਣੀ ਸੀ ਕਿ ਭਾਈ ਔਖੇ ਤੋਂ ਔਖਾ ਸਮਾਂ ਵੀ ਆ ਜਾਏ ਅਤੇ ਕਿੰਨੇ ਕੁ ਨੇ ਜਿਹੜੇ ਗੁਰੂ ਦੇ ਨਾਲ ਨੇ ਅਤੇ ਕਿੰਨੇ ਕੁ ਕੇਵਲ ਪੇਟ ਭਰ ਕੇ ਪ੍ਰਸ਼ਾਦਾ ਛੱਕ ਕੇ ਗੁਰੂ ਵਾਲੇ ਨੇ ਅਤੇ ਔਖੀ ਘੜੀ ਦੇ ਵਿੱਚ ਗੁਰੂ ਤੋਂ ਮੁੱਖ ਗੁਰ ਨੇ ਨਿਤਾਰਾ ਕਰਨਾ ਸੀ ਅਤੇ ਨਾਲ ਇਹ ਸਿੱਖਿਆ ਵੀ ਦੇਣੀ ਸੀ ਕਿ ਜੇਕਰ ਬੇਮੁੱਖ ਹੋ ਕਰਕੇ ਕਿਸੇ ਕਾਰਨ ਕਰਕੇ ਸਤਿਗੁਰੂ ਤੋਂ ਟੁੱਟ ਵੀ ਗਿਆ ਅਤੇ ਵਾਪਸ ਗੁਰੂ ਦੇ ਚਰਨਾਂ 'ਚ ਆ ਜਾਵੇ ਤਾਂ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣਹਾਰ ਹੈ। ਉਹ ਭੁੱਲਿਆਂ ਨੂੰ ਰਸਤੇ ਪਾ ਦਿੰਦਾ, ਟੁੱਟਿਆਂ ਨੂੰ ਜੋੜ ਦਿੰਦਾ, ਟੁੱਟੀਆਂ ਗੰਢ ਦਿੰਦਾ। ਜੇਕਰ ਆਪਣੀ ਮਤ ਕਰਕੇ, ਆਪਣੇ ਕਰਮਾਂ ਕਰਕੇ, ਆਪਣੇ ਸੁਭਾਅ ਕਰਕੇ ਜਾਂ ਆਪਣੇ ਗਿਆਨ ਕਰਕੇ ਗੁਰੂ 'ਤੇ ਸ਼ੰਕਾ ਕਰਕੇ ਗੁਰੂ ਨੂੰ ਪਿੱਠ ਦਿਖਾ ਆਇਆ ਹੈ ਅਤੇ ਜੇ ਵਾਪਸ ਆ ਕੇ ਗੁਰੂ ਦੇ ਚਰਨਾਂ 'ਚ ਖੇਵਾਂ ਮੰਗ ਲੈਣ ਤਾਂ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਤੈਨੂੰ ਵੀ ਮਾਫ਼ ਕਰ ਦਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਇਹ ਸਾਡੇ ਸਾਹਮਣੇ ਪ੍ਰਤੱਖ ਵਰਤਾਇਆ, ਉਹਨਾਂ ਗੁਰਸਿੱਖਾਂ ਨੂੰ ਬਖਸ਼ਿਸ਼ਾਂ ਕੀਤੀਆਂ ਅਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹ ਢਾਬ, ਇਹ ਇੱਕ ਸਰ ਬਣੇਗੀ, ਇਹਨੂੰ ਮੁਕਤੀਆਂ ਦਾ ਵਰ ਦਿੱਤਾ ਹੈ। ਜਿਹੜੇ ਵੀ ਇੱਥੇ ਆ ਕੇ ਇਸ਼ਨਾਨ ਕਰਨਗੇ ਭਾਈ, ਉਹਨਾਂ ਦੀ ਸੰਸਾਰ ਦੇ ਅੰਦਰ ਵੀ ਅਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਵੀ ਮੁਕਤੀ ਦੀ ਬਖਸ਼ਿਸ਼ ਹੋਵੇਗੀ ਅਤੇ ਇਹ ਮੁਕਤਸਰ ਕਰਕੇ ਸਥਾਨ ਪ੍ਰਗਟ ਹੋਵੇਗਾ। ਸਮਾਂ ਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੰਗਤ ਜੀ ਸੱਚ ਹੋਏ। ਅੱਜ ਵੀ ਉਸ ਸਥਾਨ ਦੇ ਉੱਪਰ ਜਾ ਕਰਕੇ ਸੰਗਤਾਂ ਇਸੇ ਕਰਕੇ ਮਾਘੀ ਦੇ ਮਹੀਨੇ ਦੇ ਅੰਦਰ ਮਾਘ ਦਾ ਇਸ਼ਨਾਨ ਕਰਦੀਆਂ ਨੇ ਤਾਂ ਜੋ ਉਸ ਸਥਾਨ ਦੇ ਉੱਪਰ ਜਿਹੜਾ ਸਤਿਗੁਰ ਨੇ ਵਰ ਦਿੱਤਾ ਸੀ ਕਿ ਇਹ ਮੁਕਤਸਰ ਬਣੇਗਾ, ਇੱਥੋਂ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ, ਉਹ ਗੁਰਸਿੱਖ ਇਸ਼ਨਾਨ ਕਰਕੇ ਆਪਣੇ ਆਪ ਨੂੰ ਸਤਿਗੁਰ ਦੇ ਚਰਨਾਂ ਦੇ ਅੰਦਰ ਨਿਰਮਲ ਹੋਇਆ ਸਮਝਦੇ ਨੇ। ਇਤਿਹਾਸ ਗਰਮੀਆਂ ਦਾ ਸੀ ਪਰ ਪੰਥ ਦਾ ਇਹ ਫੈਸਲਾ ਸੀ ਕਿ ਮਾਘ ਦੀ ਸੰਗਰਾਂਦ ਦੇ ਉੱਪਰ ਇਹ ਸ਼ਹੀਦੀ ਜੋੜ ਮੇਲਾ ਮਨਾਇਆ ਜਾਵੇ। ਇਸੇ ਕਰਕੇ ਹਰ ਸਾਲ ਮਾਘ ਦੀ ਸੰਗਰਾਂਦ ਦੇ ਉੱਪਰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਉਹਨਾਂ ਸ਼ਹੀਦਾਂ ਨੂੰ ਗੁਰੂ ਕੇ ਬਚਨਾਂ ਨੂੰ ਵਾਰੰਵਾਰ ਪ੍ਰਣਾਮ ਅਤੇ ਅੱਜ ਦੇ ਦਿਹਾੜੇ 'ਤੇ ਕੇਵਲ ਇੰਨੀ ਬੇਨਤੀ ਹੈ, ਸਤਿਗੁਰੂ ਕਿਰਪਾ ਕਰ, ਜਨਮਾਂ ਕਰਕੇ ਕਰਮਾਂ ਕਰਕੇ ਆਪਣੀ ਮੱਤ 'ਤੇ ਅਸੀਂ ਵੀ ਬਹੁਤ ਬਿਦਾਵੇ ਦਿੱਤੇ ਨੇ, ਅਸੀਂ ਵੀ ਬਹੁਤ ਖੁਆਰੀਆਂ ਕੀਤੀਆਂ ਨੇ, ਅਸੀਂ ਵੀ ਪਿੱਠ ਵਿਖਾਈ ਹੈ ਜੇ ਉਹਨਾਂ ਦੀ ਟੁੱਟੀ ਗੰਢ ਲਈ, ਅਤੇ ਅੱਜ ਮਾਘ ਦੇ ਮਹੀਨੇ ਦੇ ਅੰਦਰ ਸਾਡੇ 'ਤੇ ਵੀ ਕਿਰਪਾ ਕਰ, ਮੇਰੇ ਵਰਗਿਆਂ ਦੀ ਵੀ ਟੁੱਟੀ ਗੰਢ ਲੈ, ਸਾਡੇ 'ਤੇ ਵੀ ਰਹਿਮਤ ਬਰਸਾ ਦੇ। ਕੋਟਾਨ ਕੋਟ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਅਤੇ ਨਾਲ ਦੀ ਨਾਲ ਆਵਾਜ਼ੇ ਕੌਮ ਟੀਵੀ ਦੇ ਅਦਾਰੇ ਦਾ ਵੀ ਧੰਨਵਾਦ ਜਿਹੜੇ ਸਮੇਂ-ਸਮੇਂ 'ਤੇ ਆਪ ਸੰਗਤਾਂ ਦੇ ਰੂਬਰੂ ਕਰਵਾਉਂਦੇ ਹਨ। ਆਓ ਇੱਥੇ ਹੀ ਆਪ ਜੀ ਦੇ ਪਾਸੋਂ ਆਗਿਆ ਲਵਾਂ, ਕਿਸੇ ਵੀ ਸ਼ਬਦ ਦੀ, ਕਿਸੇ ਵੀ ਬਚਨ ਦੀ, ਕੋਈ ਐਸੀ ਤੁੱਕ ਮਾਤਰ ਦੀ ਆਪ ਸੰਗਤ ਦੇ ਸਾਹਮਣੇ ਭੁੱਲ ਹੋਈ ਹੋਵੇ, ਸਤਿਗੁਰੂ ਸੱਚੇ ਪਾਤਸ਼ਾਹ ਆਪ ਸੰਗਤ ਨੇ ਬਖਸ਼ ਦੇਣਾ। ਅੱਗੇ ਸਮਾਂ ਮਿਲਿਆ ਫਿਰ ਆਪ ਦੇ ਦਰਸ਼ਨ ਦੀਦਾਰੇ ਕਰਦੇ ਰਹਾਂਗੇ ਜੀ। ਮਾਘ ਮਹੀਨੇ ਦੀ ਸੰਗਰਾਂਦ ਅਤੇ 40 ਮੁਕਤੇ ਸਾਹਿਬਾਨ ਜੀ ਦੇ ਇਸ ਸ਼ਹੀਦੀ ਭਰੇ ਇਤਿਹਾਸ ਨੂੰ ਵਾਰੰਵਾਰ ਨਮਸਕਾਰ ਹੈ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।